ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਤਾਜ। ਸੋ ਅੱਜ ਆਏ ਹਾਂ ਜੀ, ਕੁਛ ਗੱਲਾਂ ਬਾਤਾਂ ਕਰਾਂਗੇ ਆਪਣੇ ਰਿਲੇਟਿਵ। ਸੋ ਤੁਹਾਨੂੰ ਪਤਾ ਮੇਰਾ ਹੁਣੇ ਇੱਕ ਸੌਂਗ ਆਇਆ, ਵਨ ਮੈਨ ਆਰਮੀ। ਸੋ ਪਿਆਰ ਦਿਓ, ਜਾ ਕੇ ਉਹਨੂੰ ਦੇਖੋ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ। ਸੋ ਉਹਦੀਆਂ ਦੋ ਕਲੈਣਾਂ ਤੁਹਾਨੂੰ ਸੁਣਾਉਂਦਾ ਮੈਂ। ਓ ਬੜਿਆਂ ਦੇ ਭੂਤ ਲਾਏ, ਬੜਿਆਂ ਨੇ ਪੇਚੇ ਪਾਏ, ਦਵਿਆ ਨਾ ਜੱਟ ਪੂਰਾ ਅੜਬੀ, ਜਿਹੜੇ ਧੌਣ ਵਿੱਚ ਕਿਲਾ ਰੱਖੀ, ਫਿਰਦੇ ਨੇ ਜੱਟ ਖਾਲ ਨਾਲ ਖਿੱਚ ਲੈਂਦਾ ਚਰਬੀ। ਓ ਮੌਤ ਫਿਰੇ ਲਲਕਾਰੇ ਮਾਰਦੀ, ਓਏ ਫਿਰੇ ਲਲਕਾਰੇ ਮਾਰਦੀ, ਮੂਰੇ ਪੱਥਰ ਵੀ ਕੱਚ ਹੋ ਜਾਵੇ, ਪੱਥਰ ਵੀ ਕੱਚ ਹੋ ਜਾਵੇ। ਉਂਝ ਖੜਦੇ ਨੀ ਬਿਨਾਂ ਕਿਸੇ ਗੱਲ ਤੋਂ, ਜਿੱਥੇ ਖੜਦੇ ਆ ਇਕੱਠ ਹੋ ਜਾਵੇ। ਸੋ ਇਹ ਗਾਣਾ ਹਜੇ ਹੁਣੇ ਆਇਆ ਯੂਟਿਊਬ 'ਤੇ, ਏਸ ਆਫ ਮਿਊਜ਼ਿਕ ਦੇ ਓਫਿਸ਼ੀਅਲ ਚੈਨਲ ਤੋਂ ਰਿਲੀਜ਼ ਕੀਤਾ ਗਿਆ। ਤੁਸੀਂ ਜਾਓ, ਸੌਂਗ ਨੂੰ ਦੇਖੋ, ਸੁਣੋ, ਪਿਆਰ ਦਿਓ, ਵਧੀਆ ਵਧੀਆ ਕਮੈਂਟ ਕਰੋ, ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਮੇਰੇ ਅਗਲੇ ਆਉਣ ਵਾਲੇ ਗਾਣੇ ਵੀ ਉਸੇ ਚੈਨਲ 'ਤੇ ਆਉਣੇ ਆ। ਸੋ ਅਗਲੇ ਗਾਣਿਆਂ ਦਾ ਪ੍ਰੋਸੀਜਰ ਚੱਲਦਾ ਪਿਆ ਆ, ਵੀਡੀਓ ਐਡੀਟਿੰਗ ਵਗੈਰਾ ਸਭ ਕੁਛ, ਹੈ ਨਾ, ਜੋ ਜੋ ਹੁੰਦੀਆਂ ਨੇ, ਕੰਮ ਹੁੰਦਾ, ਜੋ ਸਭ ਕੁਛ ਹੋ ਰਿਹਾ ਵਾ। ਸੋ ਆਉਣ ਵਾਲੇ ਗਾਣੇ ਵੀ ਲਿਖਦੇ ਪਏ ਹਾਂ। ਹੁਣ ਮੈਂ ਸਟੂਡੀਓ ਬੈਠਾ ਸੀਗਾ, ਕੁਛ ਲਿਖਦਾ ਪਿਆ ਸੀਗਾ। ਸੋ ਮੈਂ ਸੋਚਿਆ ਵੀ ਚਲੋ ਇੱਕ ਵੀਡੀਓ ਬਣਾ ਕੇ ਗੱਲਾਂ ਬਾਤਾਂ ਹੀ ਕਰ ਲਈਆਂ ਜਾਣ। ਸੋ ਚੱਕਰ ਇੱਦਾਂ ਕਿ ਦੇਖੋ, ਹੁਣ ਕਈ ਲੋਕ ਕਹਿ ਦਿੰਦੇ ਨੇ, ਹੈ ਨਾ, ਕਿ ਗਾਣਾ ਸੁਣ ਕੇ ਡਿਸਲਾਈਕ ਕਰ ਦਿੰਦੇ ਨੇ ਜਾਂ ਕੁਛ ਕਮੈਂਟ ਨਹੀਂ ਕਰਦੇ। ਸੋ ਹਰ ਇੱਕ ਸਿੰਗਰ ਨੂੰ, ਹਰ ਇੱਕ ਆਰਟਿਸਟ ਨੂੰ ਤੁਸੀਂ ਆਪਣਾ ਰਿਵਿਊ ਦਿਓ। ਜੇ ਉਹ ਨਹੀਂ ਚੰਗਾ ਗਾ ਰਿਹਾ ਜਾਂ ਕੋਈ ਕਮੀ ਪੇਸ਼ੀ ਆ, ਤੁਸੀਂ ਉਹਨੂੰ ਦੱਸ ਸਕਦੇ ਹੋ ਵੀ ਤੇਰੀ ਇੱਥੇ ਕਮੀ ਪੇਸ਼ੀ ਆ, ਇਹਨੂੰ ਪੂਰਾ ਕਰ, ਹੈ ਨਾ। ਕਿਸੇ ਨੂੰ ਡਿਸਲਾਈਕ ਕਰਨਾ ਕੋਈ ਵਧੀਆ ਗੱਲ ਨਹੀਂ ਆ, ਐਪਰੀਸ਼ੀਏਟ ਕਰਿਆ ਕਰੋ, ਕਿਉਂਕਿ ਤੁਹਾਡੇ ਲਾਈਕ ਨਾਲ, ਤੁਹਾਡੇ ਕਮੈਂਟਸ ਨਾਲ ਹੀ ਮੋਟੀਵੇਸ਼ਨ ਮਿਲਦੀ ਆ। ਅਤੇ ਇੱਕ ਆਰਟਿਸਟ ਕੋਲ ਇਹੀ ਚੀਜ਼ ਹੁੰਦੀ ਆ ਕਿ ਸਾਨੂੰ ਮੋਟੀਵੇਸ਼ਨ ਮਿਲੇ, ਅਸੀਂ ਵਧੀਆ ਵਧੀਆ ਗਾਣੇ ਕਰੀਏ, ਤੁਹਾਨੂੰ ਦਈਏ ਗਾਣੇ। ਬਾਕੀ ਕੋਈ ਚੱਕਰ ਨਹੀਂ, ਪਰਮਾਤਮਾ ਸਭ ਦਾ ਭਲਾ ਕਰੇ। ਅਤੇ ਜਿੱਦਾਂ ਕਿ ਹੁਣ ਮੈਂ ਸਟੂਡੀਓ ਬੈਠਾ, ਮੈਂ ਕਰਦਾ ਪਿਆ ਸੀਗਾ ਕੁਛ, ਮੈਂ ਕਿਹਾ ਚਲੋ ਐਫ ਐਲ ਸਟੂਡੀਓਜ਼ ਆਪਾਂ ਕੁਛ ਨਾ ਕੁਛ ਬਣਾਉਂਦੇ ਹਾਂ ਜਾਂ ਕੁਛ ਟਰਾਈ ਕਰਦੇ ਹਾਂ ਨਵਾਂ ਲਿਖਣ ਦਾ। ਸੋ ਕੁਛ ਲਿਖਿਆ ਵੀ ਆ, ਉਹ ਤੁਹਾਨੂੰ ਮਿਊਜ਼ਿਕ ਦੇ ਨਾਲ ਵਧੀਆ ਤਰੀਕੇ ਨਾਲ ਸੁਣਾਵਾਂਗੇ, ਹੁਣ ਨਹੀਂ ਸੁਣਾ ਸਕਦੇ। ਸੋ ਜਿੱਦਾਂ ਐਫ ਐਲ ਦੇ ਵਿੱਚ ਕੀ ਹੁੰਦਾ ਨਾਲ ਮੈਂ ਤੁਹਾਨੂੰ ਦੱਸਾਂਗਾ, ਕਿਉਂਕਿ ਹਜੇ ਲਰਨਰ ਹਾਂ, ਸਿੱਖਦਾ ਪਿਆ ਹਾਂ, ਹੌਲੀ ਹੌਲੀ ਖੁਦ ਕਰਨ ਲੱਗ ਜੂੰਗਾ ਸਭ ਕੁਛ। ਲਓ ਜੀ, ਸਾਡਾ ਖੁੱਲ ਚੁੱਕਿਆ ਐਫ ਐਲ ਸਟੂਡੀਓ। ਲੈਟ ਗੈਟ ਸਟਾਰਟਡ, ਲੈਟ ਗੈਟ ਸਟਾਰਟਡ। ਬਾਕੀ ਮੈਂ ਹਜੇ ਸਿੱਖਦਾ ਪਿਆ ਹਾਂ ਫਿਲ ਸਟੂਡੀਓ, ਅਤੇ ਮਤਲਬ ਜਿੱਦਣ ਪਹਿਲੀ ਕਲਾਸ ਇਹਦੀ ਲਗਵਾਈ ਸੀਗੀ, ਔਨਲਾਈਨ ਕਲਾਸਿਸ ਕਰਦਾ, ਕਦੀ ਕਦੀ ਵਿੱਚ ਵਿੱਚ ਟਾਈਮ ਨਹੀਂ ਮਿਲਦਾ, ਹੈ ਨਾ। ਸੋ ਇਸ ਬਹੁਤ ਕੁਝ ਹੈ, ਬਹੁਤ ਜੋ ਆਰਟਿਸਟ ਹੈ ਜਾਂ ਮਿਊਜ਼ਿਕ ਡਾਇਰੈਕਟਰ ਹੈ, ਉਹ ਬਹੁਤ ਲਗਨ ਨਾਲ ਕੰਮ ਕਰਦੇ ਆ ਅਤੇ ਬਹੁਤ ਵਧੀਆ ਕੰਮ ਕਰਦੇ ਆ। ਬਟ ਜਿੱਦਣ ਮੈਂ ਪਹਿਲੇ ਦਿਨ ਇਹਨੂੰ ਦੇਖਿਆ ਸੀਗਾ ਜਾਂ ਖੋਲ੍ਹਿਆ ਸੀ ਜਾਂ ਇਹਦੀ ਤਿਆਰੀ ਕਰਦਾ ਪਿਆ ਸੀਗਾ, ਸੋ ਮੈਨੂੰ ਬਹੁਤ ਔਖਾ ਲੱਗਿਆ। ਵੈਸੇ ਤਾਂ ਕਹਿੰਦੇ ਜਿਹੜਾ ਇਹ ਕੰਮ ਕਰਦਾ ਹੋਵੇ ਉਹਦੇ ਵਾਸਤੇ ਕੁਝ ਔਖਾ ਨਹੀਂ ਹੁੰਦਾ, ਬਟ ਨਿਊ ਲਰਨਰ ਵਾਸਤੇ ਬਹੁਤ ਔਖਾ ਹੁੰਦਾ। ਪਰ ਫਿਰ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਾਂ ਉਹ ਰਾਤ ਜਾ ਕੇ ਮਿਹਨਤ ਕਰਦੇ ਆ, ਜਾਂ ਜਿਹੜੇ ਸਾਡੇ ਮਿਊਜ਼ਿਕ ਡਾਇਰੈਕਟਰ ਨੇ ਉਹ ਵੀ ਮਤਲਬ ਰਾਤ ਜਾਗ ਕੇ ਕੰਮ ਕਰਦੇ ਆ, ਕਈ ਵਾਰੀ ਖਾਂਦੇ ਆ, ਨਹੀਂ ਖਾਂਦੇ। ਸੋ ਮਿਹਨਤ ਤਾਂ ਬਹੁਤ ਜ਼ਿਆਦਾ ਮਿਹਨਤ ਆ, ਚਲੋ ਜਿੰਨੀ ਕਰ ਲਓ ਮਿਹਨਤ ਉਨੀ ਥੋੜ੍ਹੀ ਹੁੰਦੀ ਆ, ਪਰ ਫਿਰ ਵੀ ਇੱਕ ਸੌਂਗ ਬਣਾਉਣ ਦੇ ਵਿੱਚ ਵਿਦ ਵੀਡੀਓ ਬਹੁਤ ਸਾਰੇ ਮਤਲਬ ਜਿੱਦਾਂ ਕਹਿ ਲਓ ਕਿ ਬਹੁਤ ਲੋਕਾਂ ਦਾ ਯੋਗਦਾਨ ਹੁੰਦਾ ਇਹਦੇ ਵਿੱਚ। ਵੀਡੀਓ ਡਾਇਰੈਕਟਰ ਦਾ ਆ, ਫਿਰ ਮਿਕਸ ਮਾਸਟਰ ਦਾ ਆ, ਐਡੀਟਰ ਦਾ ਆ,
ਪੋਸਟਰ ਬਣਾਉਣ ਵਾਲੇ ਦਾ ਜਾਂ ਮਿਊਜ਼ਿਕ ਕਰਨ ਵਾਲੇ ਦਾ ਜਾਂ ਇੱਕ ਸਿੰਗਰ ਦਾ ਇੱਕ ਲਿਖਣ ਵਾਲੇ ਦਾ ਹੈ ਨਾ, ਕਿੱਥੋਂ ਇੱਕ ਨਵੀਂ ਚੀਜ਼ ਇਨਵੈਂਟ ਕਰਨੀ ਹੈ ਇੱਕ ਮਿਊਜ਼ਿਕ ਡਾਇਰੈਕਟਰ ਨੇ ਜਾਂ ਇੱਕ ਲਿਰਿਕਸਿਸਟ ਨੇ। ਸੋ ਬਹੁਤ ਕੁਛ ਹੈ, ਹੌਲੀ ਹੌਲੀ ਸਭ ਕੁਛ ਲੱਭੇਗਾ। ਅਸੀਂ ਕੀ ਕਰਦੇ ਪਏ ਸੀ, ਬਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮਤਲਬ ਮੈਂ ਇਹ ਚੀਜ਼ ਆਪਣਾ ਸਟਾਰਟ ਕੀਤੀ ਸੀਗੀ, ਸਿੰਗਿੰਗ ਜਾਂ ਕਹਿ ਲਓ ਕਿ ਰਾਈਟਿੰਗ ਸਟਾਰਟ ਕੀਤੀ ਸੀ, ਕੁਛ ਲਿਖਣਾ ਸਟਾਰਟ ਕੀਤਾ ਸੀਗਾ। ਸਭ ਤੋਂ ਪਹਿਲਾਂ ਮੈਂ ਸਿੰਗਿੰਗ ਦੀ ਗੱਲ ਕਰਨਾ ਕਿ ਮੈਂ ਸਟਾਰਟ ਕਦੋਂ ਕੀਤੀ, ਹੈ ਨਾ, ਕਿਹੜੀ ਚੀਜ਼ ਤੋਂ ਇੰਸਪਾਇਰ ਹੋਇਆ ਜਾਂ ਕਦੋਂ ਸਟਾਰਟ ਕੀਤਾ ਸਭ ਕੁਛ। ਮਤਲਬ ਬਹੁਤ ਛੋਟਾ ਸੀਗਾ, ਲਾਈਕ ਕੋਈ ਹੋਣਾ ਸੱਤ ਸਾਲ ਲਾ ਲਓ ਤੁਸੀਂ। ਅਤੇ ਇੱਕ ਗਾਣਾ ਸੀਗਾ ਪ੍ਰੀਤ ਰਪਾਲ ਸਰ ਦਾ ਇੱਕ ਗਾਣਾ ਸੀਗਾ ਕਿ ਕਿਹੜਾ ਸੀਗਾ ਉਹ, ਨੀਤੂ ਸੱਪ ਦੀ ਤੋਰਨਾ ਤੁਰੀ ਜੋਗੀ ਤੈਨੂੰ ਲੈ ਜਾਣਗੇ। ਸੋ ਮੈਂ ਉਹ ਗਾਣਾ ਸਭ ਤੋਂ ਪਹਿਲਾਂ ਬਹੁਤ ਗਾਉਂਦਾ ਰਿਹਾ ਸੀਗਾ, ਮਤਲਬ ਘਰ ਵੀ ਲੱਗੇ ਰਹਿਣਾ ਜਾਂ ਉੱਦਾਂ ਬਾਹਰ ਖੇਡਣ ਜਾਣਾ ਉਦੋਂ ਵੀ ਗਾਈ ਜਾਣਾ। ਸੋ ਇੱਕ ਦਿਨ ਮੈਂ ਲੱਗਿਆ ਹੋਇਆ ਸੀ ਗਾਣ ਆਪਣੇ ਘਰ, ਇਕੱਲਾ ਸੀਗਾ, ਆਪਣੇ ਬੈਠਾ ਸੀਗਾ, ਗਾਉਂਦਾ ਪਿਆ ਸੀਗਾ। ਅਤੇ ਸਾਡੇ ਗੁਆਂਢ ਇੱਕ ਹੈਗੇ ਨੇ ਭਾਜੀ ਵੱਡੇ ਨੇ, ਉਹਨਾਂ ਨੇ ਸੁਣਿਆ ਮੈਨੂੰ, ਉਹ ਲੈ ਗਏ ਮੈਨੂੰ ਆਪਣੇ ਘਰ। ਮੈਨੂੰ ਕਹਿੰਦੇ ਇੱਧਰ ਆ, ਉਹ ਗਾਣਾ ਬੜਾ ਸੋਹਣਾ ਗਾਣਾ, ਵੀ ਸਾਨੂੰ ਵੀ ਸੁਣਾ। ਮੈਂ ਗਿਆ ਉਹਨਾਂ ਘਰ, ਉਹਨਾਂ ਦੀ ਸਾਰੀ ਫੈਮਿਲੀ ਬੈਠੀ ਹੋਈ ਸੀ, ਅਤੇ ਮੈਂ ਉਹਨਾਂ ਨੂੰ ਸੁਣਾਇਆ। ਅਤੇ ਜਦੋਂ ਉਹਨਾਂ ਨੂੰ ਸੁਣਾਇਆ ਅਤੇ ਉਹਨਾਂ ਦੇ ਲਾਗੇ ਜਿਹੜੇ ਗੁਆਂਢੀ ਸੀਗੇ ਉਹਨਾਂ ਨੇ ਵੀ ਸੁਣਿਆ, ਅਤੇ ਉਹ ਵੀ ਆ ਗਏ, ਉਹਨਾਂ ਨੇ ਸੁਣਿਆ, ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿਉਂਕਿ ਛੋਟੀ ਜਿਹੀ ਉਮਰ ਸੀਗੀ, ਅਤੇ ਐਪਰੀਸ਼ੀਏਟ ਕੀਤਾ ਕਿ ਵਾਹ ਕਿੰਨਾ ਵਧੀਆ ਗਾਉਂਦਾ, ਹੈ ਨਾ। ਅਤੇ ਉੱਥੇ ਗਾਇਆ, ਉਸ ਤੋਂ ਬਾਅਦ ਇੱਕ ਹੋਰ ਉਹਨਾਂ ਦੇ ਲਾਗੇ ਘਰ ਸੀਗਾ ਸਾਹਮਣੇ, ਉਹ ਵੀ ਮੈਨੂੰ ਆਪਣੇ ਘਰ ਲੈ ਗਏ, ਉਹ ਵੀ ਮੈਨੂੰ ਕਹਿੰਦੇ ਵੀ ਸਾਨੂੰ ਵੀ ਗਾਣਾ ਸੁਣਾ। ਮੈਂ ਉਹ ਇੱਕ ਗਾਣਾ ਪ੍ਰੀਤ ਰਪਾਲ ਭਾਜੀ ਦਾ ਮਤਲਬ 10-15 ਵਾਰੀ ਸੁਣਾਇਆ, ਮਤਲਬ ਸਾਰਿਆਂ ਨੂੰ ਘਰ ਘਰ ਜਾ ਕੇ, ਹੈ ਨਾ, ਅਤੇ ਸੁਣਾਇਆ। ਉਸ ਤੋਂ ਬਾਅਦ ਮੈਂ ਉਦੋਂ ਪੜ੍ਹਦਾ ਸੀਗਾ ਫਿਫਥ ਸੀਗਾ, ਅਤੇ ਹੌਲੀ ਹੌਲੀ ਸਕੂਲ ਦੇ ਵਿੱਚ ਗਾਉਣ ਲੱਗਿਆ, ਸਰਕਾਰੀ ਸਕੂਲ 'ਚ ਪੜ੍ਹਿਆ ਮੈਂ। ਅਤੇ ਸਾਡੇ ਨਾਲ ਸ਼ਨੀਵਾਰ ਨੂੰ ਸੈਟਰਡੇ ਨੂੰ ਬਾਲ ਸਭਾ ਹੁੰਦੀ ਰਹੀ ਸੀਗੀ, ਅਤੇ ਕਾਫੀ ਲੋਕਾਂ ਨੂੰ ਪਤਾ ਹੋਣਾ, ਕਾਫੀਆਂ ਨੂੰ ਨਹੀਂ ਪਤਾ ਹੋਣਾ, ਬਾਲ ਸਭਾ ਹੁੰਦੀ ਸੀ ਉਹਦੇ ਵਿੱਚ ਨਾ। ਮਤਲਬ ਉਸ ਦਿਨ ਸਾਡੇ ਮਤਲਬ ਅੱਧੀ ਛੁੱਟੀ ਤੱਕ ਹੀ ਪੀਰੀਅਡ ਲੱਗਦੇ ਸੀਗੇ, ਉਸ ਤੋਂ ਬਾਅਦ ਅਸੀਂ ਬਸ ਸਾਰੇ ਬੱਚਿਆਂ ਨੇ ਇੱਦਾਂ ਬੈਠ ਜਾਣਾ, ਮਤਲਬ ਟਾਟ ਵਿਛਾ ਕੇ, ਕੋਈ ਕੁਛ ਕਰ ਰਿਹਾ, ਕੋਈ ਸੌਂਗ ਸੁਣਾ ਰਿਹਾ, ਕੋਈ ਸਾਡੇ ਟੀਚਰ ਸੀਗੇ ਜਿਹੜੇ ਉਹ ਬੈਠ ਜਾਂਦੇ ਰਹੇ ਸੀਗੇ 5-6 ਜਣੇ ਮਤਲਬ ਕੁਰਸੀਆਂ 'ਤੇ, ਉਹਨਾਂ ਨੇ ਵੇਖਣਾ ਕਿ ਬੱਚੇ ਕੀ ਕਰਦੇ ਆ। ਸਾਨੂੰ ਮੈਡਮਾਂ ਨੇ ਉਠਾ, ਜੋ ਸਾਡੀ ਮੈਮ ਸੀਗੀ ਉਹਨਾਂ ਨੇ ਉਠਾਉਣਾ ਸਾਨੂੰ ਕਿ ਚਲੋ ਤੁਸੀਂ ਕੁਝ ਸੁਣਾਓ ਜਾਂ ਕੁਛ ਇੱਦਾਂ ਦਾ ਕਰੋ, ਕੋਈ ਐਕਟੀਵਿਟੀ ਕਰੋ, ਕੁਛ ਵੀ ਕਰ ਸਕਦਾ ਸੀਗਾ ਉਹਦੇ ਵਿੱਚ ਕੋਈ ਬੰਦਾ। ਅਤੇ ਉਸ ਦਿਨ ਮੈਂ ਮਤਲਬ ਮੈਨੂੰ ਮੈਮ ਨੇ ਆਵਾਜ਼ ਮਾਰੀ ਕਿ ਚੱਲ ਤੂੰ ਕੁਛ ਕਰ। ਮੈਂ ਮਤਲਬ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਤੂੰ ਮੁੰਡੇ, ਕਿਸੇ ਨੇ ਕਿਹਾ ਮੇਰੇ ਨਾਲ ਜਿਹੜੇ ਪੜ੍ਹਦੇ ਸੀਗੇ ਮੇਰੇ ਫਰੈਂਡਸ, ਉਹਨਾਂ ਨੇ ਕਿਹਾ ਵੀ ਬਹੁਤ ਸੋਹਣਾ ਗਾਉਂਦਾ ਆ। ਅਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਉਠਾਇਆ ਮੈਨੂੰ, ਕਹਿੰਦੇ ਕੁਛ ਸੁਣਾ। ਮੈਂ ਉਹਨਾਂ ਨੂੰ ਫਿਰ ਸੁਣਾਇਆ, ਮਤਲਬ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਅਤੇ ਉਹ ਵਧੀਆ ਗੱਲ ਇਹ ਕਿ ਮੈਂ ਉਸ ਟਾਈਮ 'ਤੇ ਵੀ ਉਹੀ ਗਾਣਾ ਸੁਣਾਇਆ ਪ੍ਰੀਤ ਰਪਾਲ ਭਾਈ ਦਾ, ਜਿਹੜਾ ਮੈਂ ਗਾਉਂਦਾ ਸੀਗਾ, ਕਿਉਂਕਿ ਜ਼ਿਆਦਾ ਗਾਣੇ ਦਾ ਉਦੋਂ ਆਉਂਦਾ ਨਹੀਂ ਸੀ ਮੈਨੂੰ, ਇੱਕੋ ਹੀ ਸੀਗਾ ਜੋ ਸੱਪ ਦੀ ਤੋਰਨਾ ਤੋਰੀ ਜੋਗੀ ਤੈਨੂੰ ਲੈ ਜਾਣਗੇ। ਸੋ ਹੌਲੀ ਹੌਲੀ ਪਤਾ ਲੱਗਣ ਲੱਗਿਆ, ਹੈ ਨਾ, ਕਿ ਜਿੱਦਾਂ ਫੋਨ ਦੇ ਵਿੱਚ ਗਾਣੇ ਸੁਣ ਲੈਣੇ ਜਾਂ ਕਹਿ ਲਓ ਟੀ ਵੀ 'ਚ ਸੁਣ ਲੈਣੇ, ਪਰ ਹੌਲੀ ਹੌਲੀ ਸਾਰੇ ਗਾਣੇ ਯਾਦ ਹੋਏ, ਸੁਣਾਉਂਦਾ ਗਿਆ। ਸੋ ਆਪਣੇ ਸਕੂਲ 'ਚ ਪੋਪੂਲਰ ਵੀ ਹੋਇਆ ਕਿ ਚਲੋ ਵਧੀਆ ਗੱਲ ਹੈ ਕਿ ਮੁੰਡਾ ਗਾਉਂਦਾ ਵਾ। ਅਤੇ ਉਸ ਤੋਂ ਬਾਅਦ ਜਦੋਂ ਕੋਈ ਫੰਕਸ਼ਨ ਹੋਣਾ ਜਾਂ ਕਹਿ ਲਓ ਕੋਈ ਵੀ ਫੰਕਸ਼ਨ ਕਹਿ ਲਓ, ਟੀਚਰ ਡੇ ਕਹਿ ਲਓ, ਚਿਲਡਰਨ ਡੇ ਜਾਂ ਕੁਛ ਵੀ, ਅਤੇ ਮੈਨੂੰ ਜਿਹੜੇ ਮੈਡਮਾਂ ਸੀਗੀਆਂ ਸਾਡੀਆਂ ਉਹਨਾਂ ਨੇ ਉਠਾ ਲੈਣਾ ਕਿ ਚੱਲ ਤੂੰ ਕੋਈ ਗਾਣਾ ਸੁਣਾ। ਉਹ ਸਿਲਸਿਲਾ ਉੱਦਾਂ ਹੀ ਚੱਲਦਾ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਜਦੋਂ ਕਿਸੇ ਟੀਚਰ ਨੂੰ ਰਿਟਾਇਰ ਕੀਤਾ ਜਾਂਦਾ ਨਾ, ਉਦੋਂ ਪਾਰਟੀ ਹੁੰਦੀ ਹੈ ਇੱਕ ਜਾਂ ਕਿਸੇ
ਰੈਸਟੋਰੈਂਟ 'ਚ ਕਰ ਲੈਂਦੇ ਆ ਜਾਂ ਕਿਸੇ ਪੈਲਸ 'ਚ, ਹੈ ਨਾ, ਜਿੱਥੇ ਜਿੱਥੇ ਆਪਣੀ ਹੋਵੇ ਕਿਸੇ ਦਾ। ਅਤੇ ਮੈਂ ਗਿਆ ਉੱਥੇ ਅਤੇ ਮਤਲਬ ਪੈਂਟ ਕੋਟ ਪਾਇਆ ਹੋਇਆ ਸੀਗਾ। ਮੈਡਮ ਨੇ ਕਿਹਾ ਮੈਨੂੰ ਕਿ ਤੂੰ ਵਧੀਆ ਤਿਆਰ ਸ਼ਿਆਰ ਹੋ ਕੇ ਆਈ, ਹੈ ਨਾ, ਪੈਂਟ ਕੋਟ ਪਾਇਆ। ਉੱਥੇ ਗਿਆ, ਉੱਥੇ ਅਲੱਗ ਅਲੱਗ ਸਕੂਲਾਂ ਤੋਂ, ਮਤਲਬ ਜਿੰਨਾ ਜਿੰਨਾ ਸਰਕਲ ਹੁੰਦਾ ਇੱਕ ਟੀਚਰ ਦਾ, ਜਾਂ ਕਹਿ ਲਓ ਜਿੱਥੇ ਜਿੱਥੇ ਫਰੈਂਡ ਸਰਕਲ ਹੁੰਦਾ, ਉਹ ਟੀਚਰਸ ਕਾਫੀ ਟੀਚਰਸ ਆਏ ਹੋਏ ਸੀਗੇ ਲਾਗੇ ਲਾਗੇ ਪਿੰਡਾਂ ਦੇ, ਜਾਂ ਜਿੱਥੇ ਜਿੱਥੇ ਸਕੂਲ ਸੀਗੇ। ਸੋ ਉੱਥੋਂ ਦੇ ਹਰ ਇੱਕ ਬੱਚਾ ਮਤਲਬ ਕੁਛ ਨਾ ਕੁਛ, ਕੋਈ ਡਾਂਸ ਕਰ ਰਿਹਾ ਆ, ਕਿਸੇ ਦੀ ਪਰਫੋਰਮੈਂਸ ਕੁਛ ਹੈ, ਕਿਸੇ ਦੀ ਕੁਛ ਹੈ, ਕੋਈ ਕੋਮੇਡੀ ਕਰ ਰਿਹਾ ਵਾ, ਕਿਸੇ ਨੇ ਕੋਈ ਐਕਟ ਤਿਆਰ ਕੀਤਾ ਜਾਂ ਕੁਛ ਵੀ। ਅਤੇ ਉੱਥੇ ਸਾਡੇ ਸਕੂਲ 'ਚੋਂ ਮੈਂ ਗਿਆ ਹੋਇਆ ਸੀ, ਮੇਰੇ ਨਾਲ ਮੇਰੇ ਟੀਚਰ ਸੀਗੇ, ਟੀਚਰਸ ਸੀਗੇ, ਅਤੇ ਉਹਨਾਂ ਨੇ ਮੈਨੂੰ ਉੱਪਰ ਸਟੇਜ 'ਤੇ ਬੁਲਾ ਲਿਆ। ਫਸਟ ਟਾਈਮ ਮੈਂ, ਮਤਲਬ ਕਿ ਮੇਰੀ ਜ਼ਿੰਦਗੀ ਦਾ ਫਸਟ ਸੀਗਾ ਟਾਈਮ ਜਦੋਂ ਮੈਂ ਸਟੇਜ 'ਤੇ ਇੰਨੇ ਲੋਕਾਂ ਸਾਹਮਣੇ ਪਰਫੋਰਮ ਕਰਨਾ ਸੀਗਾ, ਹੈ ਨਾ। ਛੋਟੀ ਉਮਰ ਸੀਗੀ, ਤੁਸੀਂ ਆਪ ਹਿਸਾਬ ਲਾ ਲਓ ਕਿ 5th ਕਲਾਸ 'ਚ ਸੀਗਾ, ਕਿੰਨਾ ਕੁ ਵੱਡਾ ਹੋਊਗਾ। ਅਤੇ ਉਦੋਂ ਗਾਣਾ ਸੀਗਾ, ਕਿਹੜਾ ਸੀਗਾ, ਅਮਰਿੰਦਰ ਗਿੱਲ ਭਾਅ ਜੀ ਦਾ ਸੀਗਾ, ਮੇਰਾ ਕੀ ਇਹ ਹਾਲ ਮੇਰੀ ਮਾਂ ਨੂੰ ਨਾ ਦੱਸਿਓ। ਸੋ ਗਾਣਾ ਉੱਥੇ ਮੈਂ ਗਾਇਆ, ਥੋੜ੍ਹਾ ਇਮੋਸ਼ਨਲ ਆਪ ਵੀ ਹੋਇਆ ਕਿਉਂਕਿ ਇੰਨੇ ਲੋਕ ਸੀਗੇ ਅੱਗੇ, ਹੈ ਨਾ। ਸੋ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੌਨਫੀਡੈਂਸ ਵੀ ਨਹੀਂ ਹੁੰਦਾ ਕਿ ਅਸੀਂ ਜਾ ਕੇ ਗਾਈਏ ਜਾਂ। ਸੋ ਥੋੜ੍ਹਾ ਨਰਵਸ ਸੀਗਾ, ਇਮੋਸ਼ਨਲ ਵੀ ਹੋ ਗਿਆ ਗਾਉਂਦਾ ਗਾਉਂਦਾ। ਅਤੇ ਉਸ ਦਿਨ ਕੀ ਹੋਇਆ ਕਿ ਮੇਰੀ ਮੈਮ ਆਏ ਮੇਰੇ ਲਾਗੇ, ਅਤੇ ਉਹ ਖੁਦ ਵੀ ਰੋ ਰਹੇ ਸੀਗੇ, ਉਹਨਾਂ ਦੀ ਅੱਖ 'ਚ ਵੀ ਇੱਥੋਂ ਸੀ, ਉਹ ਗਾਣਾ ਹੀ ਉਹ ਇਮੋਸ਼ਨਲ ਟਾਈਪ ਸੀਗਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਇੱਦਾਂ ਨਾ ਇਨਾਮ ਦਿੱਤਾ, 100 ਰੁਪਈਆ, ਮਤਲਬ 100 ਰੁਪਈਆ ਸੀਗਾ, ਮੈਨੂੰ ਪੈਸੇ ਦਿੱਤੇ ਕਿ ਤੂੰ ਲੈ ਵੀ ਤੇਰਾ ਇਨਾਮ ਹੈ। ਸੋ ਉਹਨਾਂ ਨੇ ਦਿੱਤੇ। ਉਸ ਤੋਂ ਬਾਅਦ ਇੱਕ ਦੋ ਟੀਚਰਸ ਹੋਰ ਆਏ, ਉਹਨਾਂ ਨੇ ਵੀ ਮੈਨੂੰ ਮਤਲਬ ਇਨਾਮ ਦਿੱਤਾ। ਅਤੇ ਕਰਦਿਆਂ ਕਰਦਿਆਂ, ਯਾਨੀ ਕਿ ਸਿੱਧੀ ਭਾਸ਼ਾ 'ਚ ਕਹਿ ਲਓ, 500-700 ਰੁਪਈਆ ਮਤਲਬ ਮੈਨੂੰ ਹੋ ਗਿਆ। ਚਲੋ ਪੈਸੇ ਕਰਕੇ ਨਹੀਂ ਸੀ ਗਾਇਆ, ਵੀ ਇੱਕ ਉੱਦਾਂ ਹੀ, ਹੈ ਨਾ, ਵੀ ਚਾਅ ਸੀਗਾ ਇੱਕ ਛੋਟੀ ਉਮਰ ਦੇ ਵਿੱਚ, ਹਜੇ ਉਦੋਂ ਚਾਹ, ਹੁਣ ਤਾਂ ਵੈਸੇ ਜਨੂੰਨ ਹੈ, ਉਦੋਂ ਤਾਂ ਚਲੋ ਜਦੋਂ ਨਵਾਂ ਨਵਾਂ ਸਟਾਰਟ ਕੀਤਾ ਉਦੋਂ ਚਾਹ ਸੀਗਾ। ਸੋ ਉਸ ਤੋਂ ਬਾਅਦ ਮੈਂ ਉਹ ਪੈਸੇ ਲੈ ਕੇ ਘਰ ਆਇਆ, ਅਤੇ ਮੇਰੇ ਫਾਦਰ ਸਾਹਿਬ, ਮੈਂ ਉਹਨਾਂ ਨੂੰ ਦਿੱਤੇ ਪੈਸੇ, ਅਤੇ ਉਹ ਮੈਨੂੰ ਕਹਿੰਦੇ ਇਹ ਪੈਸੇ ਤੇਰੇ ਕੋਲ ਕਿੱਥੋਂ ਆਏ, ਕਿੱਥੋਂ ਲਏ ਤੂੰ? ਮੈਨੂੰ ਉਹ ਅੱਗੋਂ ਪੈ ਗਏ, ਹੈ ਨਾ, ਵੀ ਜਿੱਦਾਂ ਕਿਸੇ ਦੇ ਕੱਢ ਕੇ ਨਾ ਲੈਂਦੇ ਹੋਣ ਜਾਂ ਕੁਛ ਗਲਤ ਨਾ ਕੀਤਾ ਹੋਵੇ। ਮੈਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਇੱਦਾਂ ਗੱਲ ਆ, ਵੀ ਮੈਨੂੰ ਮੇਰੇ ਟੀਚਰਸ ਲੈ ਕੇ ਗਏ ਸੀਗੇ, ਜਾਂ ਤੁਹਾਨੂੰ ਦੱਸਿਆ ਸੀਗਾ ਮੈਂ ਕਿ ਮੈਂ ਜਾਣਾ ਪੈਲਸ, ਅਤੇ ਮੈਨੂੰ ਉੱਥੋਂ ਮਤਲਬ ਉਹਨਾਂ ਨੇ ਪੈਸੇ ਦਿੱਤੇ। ਸੋ ਉਸ ਦਿਨ ਮੈਂ ਕਿਹਾ, ਮੈਂ ਫਾਦਰ ਸਾਹਿਬ ਨੂੰ ਕਿਹਾ, ਮੈਂ ਕਿਹਾ ਤੁਸੀਂ ਇਹਦੇ ਵਿੱਚ ਕੁਛ ਹੋਰ ਪੈਸੇ ਪਾ ਕੇ ਅਤੇ ਮੈਨੂੰ ਕੋਈ ਸੂਟ ਸਾਟ ਲੈ ਦਿਓ ਵਧੀਆ ਜਿਹਾ। ਸੋ ਉਦੋਂ ਮੈਨੂੰ ਉਹਨਾਂ ਨੇ ਸੂਟ ਲੈ ਕੇ ਦਿੱਤਾ, ਕੁਛ ਹੋਰ ਪੈਸੇ ਪਾ ਕੇ, ਨਾਲ ਬੂਟ ਲੈ ਕੇ ਦਿੱਤੇ। ਫਿਰ ਹੌਲੀ ਹੌਲੀ ਸਿਲਸਿਲਾ ਇੱਦਾਂ ਹੀ ਚੱਲਦਾ ਗਿਆ, ਵੀ ਸਕੂਲ ਚੇਂਜ ਹੋਇਆ, ਉੱਥੇ ਵੀ ਸਾਰਿਆਂ ਨੂੰ ਪਤਾ ਲੱਗਿਆ। ਫਿਰ ਮੈਂ ਡਰਾਇੰਗ ਵੀ ਕਰਦਾ ਹੁੰਦਾ ਸੀਗਾ, ਡਰਾਇੰਗ ਕਰਨੀ, ਅਤੇ ਸਪੋਰਟਸ ਦੇ ਵਿੱਚ ਵੀ ਬਹੁਤ ਮੇਰਾ ਇੰਟਰਸਟ ਸੀਗਾ, ਰਨਿੰਗ 'ਚ ਸਭ ਤੋਂ ਜ਼ਿਆਦਾ ਰਨਿੰਗ 'ਚ ਸੀਗਾ। ਅਤੇ ਮਤਲਬ ਪ੍ਰਾਈਜ਼ ਕਾਫੀ ਜਿੱਤੇ, ਕਾਫੀ ਗਿਆ ਹਰ ਇੱਕ ਜਗ੍ਹਾ 'ਤੇ, ਹਰ ਇੱਕ ਮਤਲਬ ਕਿ ਇੱਕ ਇੱਛਾ ਸੀਗੀ ਕਿ ਮੈਂ, ਹੈ ਨਾ, ਇਹ ਵੀ ਕਰ ਲਾਂ, ਉਹ ਵੀ ਕਰ ਲਾਂ, ਸਭ ਕੁਛ ਵਧੀਆ ਕੀਤਾ ਜੋ ਵੀ ਹੋਇਆ। ਅਤੇ ਉਸ ਤੋਂ ਬਾਅਦ ਵੀ ਸਕੂਲ ਚੇਂਜ ਹੋਏ, ਫਿਰ ਮੈਨੂੰ ਤਰ੍ਹਾਂ ਤਰ੍ਹਾਂ ਦੇ ਕਿਤੇ ਜਾਣਾ, ਫਿਰ ਜਿੱਦਾਂ ਜਾਂ ਸਾਡੇ ਕਿਤੇ ਲਾਗੇ ਪਿੰਡ ਦੇ ਮੇਲਾ ਹੋਣਾ, ਉੱਥੇ ਵੀ ਚਲੇ ਜਾਣਾ, ਜਿਹੜੇ ਵੀ ਸਿੰਗਰ ਨੇ ਆਉਣਾ ਮੈਂ ਚਲੇ ਜਾਣਾ, ਵੀ ਮੈਨੂੰ ਕੋਈ ਟਾਈਮ ਦੇਵੇਗਾ, ਹੈ ਨਾ, ਮੈਂ ਗਾਵਾਂਗਾ, ਲੋਕਾਂ ਨੂੰ ਪਤਾ ਲੱਗੇਗਾ। ਅਤੇ ਇੱਦਾਂ ਕਰਕੇ ਚੱਲ ਜਾਣਾ, ਕਿਤੋਂ ਟਾਈਮ ਮਿਲਣਾ, ਕਿਤੋਂ ਨਹੀਂ ਮਿਲਣਾ, ਜਾਂ ਕਿਸੇ ਨੇ ਹੱਥ 'ਚੋਂ ਮੈਂ ਕੀ ਫੜ ਲੈਣਾ, ਕਾਫੀ ਕੁਛ ਹੋਇਆ। ਅਤੇ ਫਿਰ ਮੈਂ ਜਦੋਂ 9th 10th 'ਚ ਸੀਗਾ, ਅਤੇ ਸਾਡੇ ਸਕੂਲ 'ਚ ਆਏ ਸੀਗੇ ਕੋਈ ਟੀ ਵੀ ਵਾਲੇ ਸੀਗੇ, ਉਹ DD ਨੈਸ਼ਨਲ ਇੱਦਾਂ ਸੀਗਾ ਕੋਈ ਚੈਨਲ, ਹੁਣ ਤਾਂ ਸ਼ਾਇਦ ਬੰਦ ਹੋ ਗਿਆ ਹੋਊਗਾ, ਪਤਾ ਨਹੀਂ, ਕਿਉਂਕਿ ਮੈਂ ਟੀ ਵੀ ਬਹੁਤ ਘੱਟ ਦੇਖਦਾ ਹੀ। ਅਤੇ ਮੈਂ ਓਡੀਸ਼ਨ ਦੇਣ ਗਿਆ ਤਾਂ ਪਹਿਲਾਂ ਉੱਥੇ ਮੈਂ ਰਣਜੀਤ ਬਾਬਾ ਭਾਈ ਜੀ ਦਾ ਗਾਣਾ ਸੁਣਾਇਆ, ਉੱਥੇ ਮਿੱਟੀ ਦਾ ਬਾਬਾ ਸਿਲੈਕਟ ਹੋ ਗਿਆ,
ਆਡੀਸ਼ਨ 'ਚੋਂ ਸਿਲੈਕਟ ਹੋ ਗਿਆ, ਫਿਰ ਉਹਨਾਂ ਨੇ ਦੱਸਿਆ ਵੀ ਅਗਲੀ ਵਾਰੀ ਤੁਸੀਂ ਮਤਲਬ ਹੈ ਨਾ ਵੀ ਅੰਮ੍ਰਿਤਸਰ ਜਾਣਾ ਵਾ, ਗੁਰੂ ਨਾਨਕ ਦੇਵ ਭਵਨ ਅੰਮ੍ਰਿਤਸਰ, ਉੱਥੇ ਗਿਆ ਸੈਕਿੰਡ ਰਾਊਂਡ ਦੇ ਵਿੱਚ, ਉੱਥੋਂ ਵੀ ਸਿਲੈਕਟ ਹੋ ਗਿਆ, ਉਦੋਂ ਮੈਨੂੰ ਮੈਡਲ ਮਿਲਿਆ ਸੀਗਾ। ਉਸ ਤੋਂ ਬਾਅਦ ਅਸੀਂ ਗਏ ਜਲੰਧਰ, ਉੱਥੇ ਜਲੰਧਰ ਜਾ ਕੇ ਵੀ ਸਿਲੈਕਟ ਹੋ ਗਿਆ। ਜਲੰਧਰ ਮੈਂ ਸੁਣਾਇਆ ਸੀਗਾ, ਆਈ ਥਿੰਕ ਕਿਹੜਾ ਸੀਗਾ ਉਹ, ਹਾਂ ਜਲੰਧਰ ਮੈਂ ਗਾਣਾ ਸੁਣਾਇਆ ਸੀਗਾ, ਮੇਰਾ ਕੀ ਹਾਲ, ਉਹੀ ਜਿਹੜਾ ਮੈਂ ਉਦੋਂ ਸੁਣਾਇਆ ਸੀਗਾ ਪਹਿਲੀ ਵਾਰ। ਇਹ ਮੈਂ ਸੋਚਿਆ ਸੀਗਾ ਕਿ ਮੈਂ ਕਿਹਾ ਜਦੋਂ ਮੈਂ ਪਹਿਲੀ ਵਾਰ ਸਟੇਜ 'ਤੇ ਗਿਆ ਸੀਗਾ ਤਾਂ ਮੈਂ ਉਹੀ ਗਾਣਾ ਸੁਣਾਊਂਗਾ, ਸੋ ਉਹੀ ਗਾਣਾ ਸੁਣਾਇਆ ਉਹਨਾਂ ਨੂੰ, ਅਤੇ ਉੱਥੋਂ ਫਿਰ ਮੈਂ ਸਿਲੈਕਟ ਹੋ ਗਿਆ। ਉਦੋਂ ਮੈਨੂੰ ਇੱਕ ਸ਼ੀਲਡ ਦਿੱਤੀ ਉਹਨਾਂ ਨੇ, ਐਡੀ ਕੁ ਸੀਗੀ ਸ਼ੀਲਡ, ਉਹ ਦਿੱਤੀ। ਉਸ ਤੋਂ ਬਾਅਦ ਉੱਥੋਂ ਸਿਲੈਕਟ ਹੋ ਕੇ ਫਿਰ ਅੱਗੇ, ਫਿਰ ਉੱਥੇ ਆਡੀਸ਼ਨ ਸੀਗਾ ਜਲੰਧਰ ਤੋਂ ਲੁਧਿਆਣੇ, ਲੁਧਿਆਣੇ ਗਿਆ ਵਾਂ, ਲੁਧਿਆਣੇ ਵੀ ਸਿਲੈਕਟ ਹੋਇਆ। ਫਿਰ ਉਹਨਾਂ ਨੇ ਨਾ ਮਤਲਬ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਆਡੀਸ਼ਨ ਰੱਖੇ, ਮਤਲਬ ਜਿੱਦਾਂ ਮਤਲਬ ਕਿ ਰਾਊਂਡ ਆਈ ਜਾਂਦੇ ਆ ਅਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਲੋਕੇਸ਼ਨਾਂ ਚੇਂਜ ਕਰਦੇ ਆ, ਹੈ ਨਾ, ਕਿ ਜਿੱਥੇ ਆਪਣਾ ਸੈੱਟ ਲਾਉਣਾ ਹੁੰਦਾ ਵਾ ਉੱਥੇ, ਉੱਥੋਂ ਵੀ ਸਿਲੈਕਟ ਹੋਇਆ। ਬੜਾ ਵਧੀਆ, ਉਹ ਸ਼ਾਇਦ ਯੂਟਿਊਬ 'ਤੇ ਵੀ ਹੋਊਗਾ ਆਈ ਥਿੰਕ, ਕਿਉਂਕਿ ਹੈਗਾ ਸੀ ਅਤੇ ਹੁਣ ਵੀ ਹੋਊਗਾ। ਅਤੇ ਫਿਰ ਸਾਨੂੰ ਫਿਰ ਉਹਨਾਂ ਨੇ ਸੱਦਿਆ ਅੰਮ੍ਰਿਤਸਰ, ਮਤਲਬ ਅਲੱਗ ਅਲੱਗ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਸੱਦਿਆ। ਸੋ ਉਹਦਾ ਨਾਮ ਸੀਗਾ KKHD, ਕਿਸਮਿਆ ਕਿਤਨਾ ਦਮ। ਸੋ ਉਦੋਂ ਸੀਗਾ ਗ੍ਰੈਂਡ ਫਿਨਾਲੇ ਤੱਕ ਮੈਂ ਪਹੁੰਚ ਗਿਆ ਵਾਂ, ਸਾਡੇ ਨਾਲ ਦੋ ਤਿੰਨ ਮੁੰਡੇ ਸੀਗੇ ਅਸੀਂ ਅਤੇ ਇੱਕ ਸਾਡੇ ਨਾਲ ਕੁੜੀ ਸੀਗੀ। ਸੋ ਮੈਂ ਉੱਥੇ ਗਾਇਆ ਸੀਗਾ ਮਿਰਜ਼ਾ, ਮਿਰਜ਼ਾ ਸੁਣਾਇਆ ਉਹਨਾਂ ਨੂੰ। ਚਲੋ ਸਿੱਖਿਆ ਤਾਂ ਨਹੀਂ ਸੀ ਕਿਤੇ ਵੀ, ਸਿੱਖਿਆ ਨਹੀਂ ਸੀ ਜਾਂ ਕਹਿ ਲਓ ਮੌਕਾ ਨਹੀਂ ਮਿਲਿਆ ਸਿੱਖਣ ਦਾ ਜਾਂ ਕੁਛ ਵੀ, ਧਿਆਨ ਨਹੀਂ ਦਿੱਤਾ ਸਟੱਡੀ ਵਿੱਚ ਜਾਂ ਹੋਰ ਵੀ ਘਰ ਦੇ ਕਈ ਕੰਮ ਕਾਜ ਸੀਗੇ। ਸੋ ਉੱਥੋਂ ਮੈਂ ਹੋ ਗਿਆ ਰਿਜੈਕਟ, ਰਿਜੈਕਟ ਹੋਇਆ। ਮੈਨੂੰ ਕੁਛ ਬੁਰਾ ਨਹੀਂ ਲੱਗਿਆ, ਐਵੇਂ ਕਹਿ ਦਿਉ ਨਾ ਕਿ ਮੈਂ ਇਮੋਸ਼ਨਲ ਹੋ ਗਿਆ ਜਾਂ ਮੈਂ ਰੋਇਆ ਵੀ ਮੈਂ ਰਿਜੈਕਟ ਹੋ ਗਿਆ, ਕੁਛ ਇੱਦਾਂ ਦਾ ਨਹੀਂ ਹੋਇਆ। ਮੈਂ ਸਿਰਫ ਇਹ ਚੀਜ਼ ਸੋਚੀ ਵੀ ਮੈਂ ਆਪਣੇ ਆਪ ਨੂੰ ਪ੍ਰੂਵ ਕਰਨ ਆਇਆ ਸੀਗਾ, ਜਿੰਨਾ ਕੁ ਮੈਂ ਪ੍ਰੂਵ ਹੋਇਆ ਉਹ ਤੋਂ ਮੈਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਜੇ ਤੂੰ ਇੱਥੋਂ ਤੱਕ ਆ ਸਕਦਾ ਨਾ ਤਾਂ ਤੂੰ ਹੋਰ ਸਿੱਖ, ਆਪਣੇ ਆਪਣੇ ਟੈਲੈਂਟ ਦੇ ਵਿੱਚ ਹੋਰ ਸੁਧਾਰ ਕਰ ਅਤੇ ਹੌਲੀ 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 ਸਭ ਕੁਛ ਮਤਲਬ ਵਧੀਆ ਹੋ ਜੂਗਾ, ਇੱਕ ਵਧੀਆ ਸਿੰਗਰ ਬਣ ਜਾਏਗਾ। ਅਤੇ ਉਸ ਤੋਂ ਬਾਅਦ ਮੈਂ ਕਿ ਲਿਖਣਾ ਸਟਾਰਟ ਕੀਤਾ ਅਤੇ ਪਹਿਲਾਂ ਤਾਂ ਤੁਹਾਨੂੰ ਪਤਾ ਜਦੋਂ ਬੰਦਾ ਨਵਾਂ ਨਵਾਂ ਕੋਈ ਵੀ ਕੰਮ, ਕੋਈ ਵੀ ਹੋਵੇ, ਇਹ ਨਹੀਂ ਕਿ ਕਲਾ ਸਿੰਗਿੰਗ ਆ, ਉਹ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ, ਸੋ ਨਹੀਂ ਸਹੀ ਹੁੰਦਾ ਸਾਡੇ ਕੋਲ, ਹੈ ਨਾ। ਮੈਂ ਲਿਖਣਾ ਸਟਾਰਟ ਕੀਤਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖੀਆਂ ਜਾਂ ਕਿੱਦਾਂ ਦੀਆਂ ਲਿਖੀਆਂ, ਹੌਲੀ ਹੌਲੀ ਕਰਕੇ ਲਿਖੀ ਗਿਆ ਆਪਣੇ ਆਪ 'ਚ ਇੰਪਰੂਵਮੈਂਟ। ਫਿਰ ਮੈਂ ਯੂਟਿਊਬ 'ਤੇ ਆਪਣਾ ਚੈਨਲ ਬਣਾਇਆ, ਉਹਦੇ ਉੱਪਰ ਪਾਈ ਗਿਆ, ਮਤਲਬ ਗਾਣਾ ਲਿਖਿਆ, ਰਿਕੋਰਡ ਕਰਨਾ ਵੀਡੀਓ 'ਤੇ ਅੱਗੇ, ਹੈ ਨਾ, ਪਾ ਦੇਣਾ। ਸੋ ਇੱਕ ਇੱਛਾ ਸੀਗੀ ਕਿ ਚੱਲ ਯਾਰ ਕਿਸੇ ਇੱਕ ਦਿਨ ਮੇਰੀ ਵੀਡੀਓ ਵਾਇਰਲ ਹੋਊਗੀ, ਹੈ ਨਾ, ਮੈਨੂੰ ਲੋਕ ਜਾਣਨਗੇ, ਮੈਂ ਹੋਰ ਵਧੀਆ ਕੰਮ ਕਰੂੰਗਾ। ਸੋ ਰਿਹਾ ਮੈਂ ਸ਼ੁਰੂ ਤੋਂ ਇੱਧਰ ਆਪਣੇ ਸਿੰਗਿੰਗ ਲਾਈਨ 'ਚ ਹੀ, ਮੈਂ ਕੁਝ ਕਦੀ ਇਹ ਨਹੀਂ ਸੋਚਿਆ ਕਿ ਮੇਰੇ ਕੋਲ ਆਪਸ਼ਨ ਹੈ, ਮੈਂ ਮਤਲਬ ਜੇ ਮੇਰੀ ਸਿੰਗਿੰਗ ਨਹੀਂ ਹੋਈ ਤਾਂ ਮੈਂ ਇਹ ਕਰ ਲੂੰਗਾ, ਉਹ ਕਰ ਲੂੰਗਾ, ਕਿਉਂਕਿ ਜਿੱਥੇ ਆਪਸ਼ਨ ਹੋਵੇ ਉੱਥੇ ਕੋਈ ਕੰਮ ਵਧੀਆ ਨਹੀਂ ਹੋ ਸਕਦਾ। ਮੇਰੀ ਖੁਦ ਦੀ ਥਿੰਕਿੰਗ ਇਹ ਹੈ ਕਿ ਜੇ ਆਪਸ਼ਨ ਹੈ ਅਤੇ ਤੁਹਾਡੇ ਕੋਲ ਜਿਹੜਾ ਤੁਸੀਂ ਆਲਰੇਡੀ ਕੰਮ ਕਰ ਰਹੇ ਹੋ ਜਾਂ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਉਹ ਨਹੀਂ ਹੋ ਸਕਦਾ, ਤੁਹਾਡਾ ਪੈਸ਼ਨ ਨਹੀਂ ਬਣ ਸਕਦਾ, ਕਿਉਂ ਕਿਉਂਕਿ ਤੁਹਾਡੇ ਕੋਲ ਪਹਿਲਾਂ ਹੀ ਕੁਛ ਆਪਸ਼ਨ ਹੈਗੀ ਹੈ। ਸੋ ਮੈਂ ਕੋਈ ਆਪਸ਼ਨ ਨਹੀਂ ਰੱਖੀ ਕਿ ਮੈਂ ਇਹ ਕਰੂੰਗਾ ਉਹ ਕਰੂੰਗਾ, ਜ਼ੋਰ ਕਾਫੀ ਮਾਰਿਆ ਕਿ ਕੁਛ ਨਾ ਕੁਛ ਹੋ ਜੇ, ਕਦੀ ਹੈ ਨਾ ਕਦੀ ਮੈਂ ਇੰਸਟਾਗ੍ਰਾਮ ਖੋਲ੍ਹਣਾ, ਉਹਦੇ ਉੱਪਰ ਸਰਚ ਕਰਨਾ ਕਿ ਕੰਪਨੀਆਂ ਦੇ ਨੇਮ ਜੋ ਚੰਡੀਗੜ੍ਹ ਦੇ ਵਿੱਚ ਕਿਹੜੀ ਕੰਪਨੀ ਹੈ, ਜਾਂ ਹੈ ਨਾ ਸਿੰਗਿੰਗ ਦੇ ਵਿੱਚ ਜਿੱਦਾਂ ਕੋਈ ਵੀ ਲਾ ਲਓ, ਹੁਣ ਕਿਸੇ ਇੱਕ ਦਾ ਨਾਮ ਲਊਂਗਾ ਤਾਂ ਗਲਤ ਗੱਲ ਆ, ਫੋਨ ਕਰਨਾ ਕਿ ਹੈ ਨਾ ਹੈਲਪ, ਮੈਂ ਲਿਖਦਾ ਵਾਂ, ਮੈਂ ਗਾਉਂਦਾ ਹਾਂ ਅਤੇ ਤੁਸੀਂ ਮੈਨੂੰ ਸਾਈਨ ਕਰੋ ਜਾਂ ਕੁਛ ਵੀ, ਬੰਦਾ ਕਰਦਾ ਹੀ ਹੈ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਆਪਣੇ ਗਾਣੇ ਭੇਜ ਦਿਉ ਅਤੇ ਅਸੀਂ ਤੁਹਾਨੂੰ ਇੱਕ ਦੋ ਦਿਨ ਤੱਕ ਜਵਾਬ ਦਿੰਦੇ ਹਾਂ। ਕਾਫੀ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, 10-15 ਵੀ ਨਹੀਂ, 25-30 ਲਾ ਲਓ ਜਿਹਨਾਂ ਨੂੰ ਮੈਂ ਫੋਨ ਕਰਨੇ, ਮੈਸੇਜ ਕਰਨੇ, ਆਪਣੇ ਗਾਣੇ ਭੇਜਣੇ, ਅਤੇ ਉਹਨਾਂ ਦੇ ਰਿਸਪੋਂਸ ਨੂੰ ਮਤਲਬ ਵੀ ਉਹਨਾਂ ਦੇ ਅੱਗੋਂ ਰਿਪਲਾਈ ਨੂੰ ਕਾਫੀ ਕਾਫੀ ਦਿਨ ਵੇਟ ਕਰਦੇ ਰਹਿਣਾ ਕਿ ਸ਼ਾਇਦ ਇੱਧਰੋਂ ਕੁਛ ਆ ਜਾਵੇ, ਉੱਧਰੋਂ ਕੁਛ ਆ ਜਾਵੇ। ਸੋ ਕੁਛ ਲੋਕ ਇੱਦਾਂ ਦੇ ਸੀਗੇ ਕਿ ਜਿਹੜੇ ਮੈਨੂੰ ਕਹਿੰਦੇ ਸੀਗੇ ਕਿ ਇੱਦਾਂ ਦਾ ਇੱਦਾਂ ਕੁਛ ਨਹੀਂ ਹੋਣਾ, ਤੂੰ ਰਹਿਣ ਦੇ, ਅਤੇ
ਤੁਹਾਨੂੰ ਪਤਾ ਹੀ ਆ ਕਿ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਆ, ਬਾਹਾਂ ਫੜਨ ਵਾਲੇ ਘੱਟ। ਪਰ ਮੈਂ ਉਹਨਾਂ ਦੀ ਗੱਲ ਨਹੀਂ ਗੋਲੀ, ਕਿਉਂਕਿ ਮੈਨੂੰ ਇਹ ਚੀਜ਼ ਹੈਗੀ ਆ ਕਿ ਹੈ ਨਾ ਵੀ ਜੇ ਕੋਈ ਮੈਂ ਕੰਮ ਕਰ ਰਿਹਾ ਤਾਂ ਉਹ ਮੈਨੂੰ ਖੁਦ 'ਤੇ ਕੌਨਫੀਡੈਂਸ ਹੋਣਾ ਚਾਹੀਦਾ ਆ, ਖੁਦ 'ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਹਾਂ ਮੈਂ ਕਰ ਲੈਣਾ ਇਹ ਕੰਮ, ਮੈਂ ਕਰੂੰਗਾ, ਕਰ ਲੈਣਾ ਨਹੀਂ ਇਹ ਕੰਮ ਮੈਂ ਕਰਨਾ ਹੀ ਕਰਨਾ ਕੁਛ ਵੀ ਹੋ ਜੇ। ਸੋ ਹੌਲੀ ਹੌਲੀ ਸਿਲਸਿਲਾ ਚੱਲਦਾ ਗਿਆ ਇੱਦਾਂ ਹੀ, ਕਦੀ ਕਿਤੇ ਧੱਕੇ ਖਾ, ਕਦੀ ਕੁਛ ਮਤਲਬ ਹੋਇਆ ਬਹੁਤ ਕੁਛ, ਸ਼ੋਰਟ ਫੋਰਮ 'ਚ ਦੱਸ ਰਿਹਾ ਤੁਹਾਨੂੰ। ਜੇ ਇਕੱਲੀ ਇਕੱਲੀ ਗੱਲ ਦੱਸਣ ਲੱਗਾ ਫਿਰ ਤਾਂ ਬਹੁਤ ਬਹੁਤ ਗੱਲਾਂ ਨੇ ਦੱਸੀਆਂ ਹੀ ਨਹੀਂ ਜਾਣੀਆਂ। ਅਤੇ ਮੈਂ ਚੰਡੀਗੜ੍ਹ ਗਿਆ, ਉਸ ਤੋਂ ਬਾਅਦ ਨਾ ਸ਼ੋਰਟ ਫੋਰਮ 'ਚ ਦੱਸਣਾ ਤੁਹਾਨੂੰ, ਲੋਕਡਾਊਨ ਪਹਿਲਾਂ ਮੈਂ ਚੰਡੀਗੜ੍ਹ ਸੀਗਾ, ਉੱਥੇ ਕੰਮ ਕਰਦਾ ਸੀਗਾ, ਚੰਡੀਗੜ੍ਹ ਗਿਆ, ਉੱਥੇ ਇਹੀ ਚੀਜ਼ ਲੈ ਕੇ ਗਿਆ ਕਿ ਚਲੋ ਨਾਲ ਮੈਂ ਪਾਰਟ ਟਾਈਮ ਜੋਬ ਕਰੂੰਗਾ ਅਤੇ ਨਾਲ ਆਪਣੀ ਸਿੰਗਿੰਗ ਦਾ ਦੇਖੂੰਗਾ, ਜੇ ਕੋਈ ਮੈਨੂੰ ਸਾਈਨ ਕਰ ਲੈਂਦਾ ਆ ਜਾਂ ਕੋਈ ਮਤਲਬ ਮੇਰੇ 'ਤੇ ਪੈਸੇ ਲਾਉਣ ਨੂੰ ਤਿਆਰ ਆ, ਸਿੱਧੀ ਭਾਸ਼ਾ 'ਚ ਗੱਲ ਜੇ ਮੈਂ ਕਹਾਂ। ਅਤੇ ਨਹੀਂ ਕੁਛ ਹੋਇਆ, ਮਤਲਬ ਕਿਸੇ ਨੇ ਬਾਂਹ ਨਹੀਂ ਫੜੀ, ਚਲੋ ਕੋਈ ਗੱਲ ਨਹੀਂ, ਐਵਰ ਮਾਈਂਡ। ਜੋਬ ਕਰਦਾ ਸੀਗਾ ਮੈਂ, ਪੀ ਜੀ 'ਚ ਰਹਿੰਦਾ ਸੀਗਾ, ਮੇਰੇ ਨਾਲ ਇੱਕ ਮੇਰਾ ਦੋਸਤ ਸੀਗਾ ਆਪਣੇ ਮੇਰੇ ਲਾਗੇ ਸੀਗਾ, ਅਸੀਂ ਇਕੱਠੇ ਪੜ੍ਹੇ ਹਾਂ। ਉਹ ਕਹਿੰਦਾ ਮੈਂ ਵੀ ਚੰਡੀਗੜ੍ਹ ਜਾਣਾ, ਉਹਨੇ ਉਹ ਕੋਰਸ ਕਰਦਾ ਪਿਆ ਵਾ ਵੀਡੀਓ ਐਡੀਟਰ ਦਾ, ਅਤੇ ਹੁਣ ਤਾਂ ਉੱਥੇ ਆ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਨਹੀਂ ਗੱਲ ਬਣੀ ਕਿਤੇ ਵੀ, ਮੈਂ ਇੱਦਾਂ ਕੰਮ ਕਰਦਾ ਰਿਹਾ। ਉੱਥੇ ਲੱਗ ਗਿਆ ਲੋਕਡਾਊਨ ਜਦੋਂ ਹੈ ਨਾ ਆਪਣਾ ਆ ਹੋਇਆ ਕਰਾਉਣ ਵਾਲਾ ਕੰਮ, ਲੋਕਡਾਊਨ ਲੱਗ ਗਿਆ, ਉੱਥੋਂ ਆ ਗਿਆ ਫਿਰ ਮੈਂ ਘਰੇ ਆ ਗਿਆ ਵਾਂ। ਅਤੇ ਘਰੇ ਆ ਕੇ ਵਿਹਲੇ ਕੁਛ ਕੋਈ ਕੰਮ ਕਾਰ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਬਾਹਰ ਅੰਦਰ ਜਾਣਾ ਬੈਨ ਸੀਗਾ, ਮਤਲਬ ਕਿਤੇ ਅਸੀਂ ਜਾ ਨਹੀਂ ਸਕਦੇ ਜਾਂ ਕੁਛ ਵੀ। ਲੋਕਡਾਊਨ ਦੇ ਵਿੱਚ ਮੈਂ ਕਾਫੀ ਸੌਂਗ ਲਿਖੇ, ਮਤਲਬ ਪੂਰਾ ਲਾਭ ਲਿਆ ਆਪਾਂ ਲੋਕਡਾਊਨ ਦਾ ਕਿ ਕੋਈ ਚੱਕਰ ਨਹੀਂ। ਅਤੇ ਕੰਮ ਵੀ ਨਹੀਂ ਸੀਗਾ, ਇੱਕ ਤਾਂ ਵਿਹਲਾ ਸੀਗਾ ਘਰੇ। ਉਸ ਤੋਂ ਬਾਅਦ ਜਦੋਂ ਲੋਕਡਾਊਨ ਹਟਿਆ ਮੈਂ ਫਿਰ ਜੋਬ ਲਈ ਅਪਲਾਈ ਕੀਤਾ, ਗਿਆ ਹੈ ਨਾ, ਟ੍ਰੇਨਿੰਗਸ ਵੀ ਲਾਈਆਂ, 15-20 ਦਿਨ ਟ੍ਰੇਨਿੰਗ ਲਾਈਆਂ ਮੈਂ, ਹਾਂ 15-20 ਦਿਨ ਟ੍ਰੇਨਿੰਗ ਲਾਈ। ਅਤੇ ਮੇਰਾ ਇੱਕ ਦੋਸਤ ਹੈਗਾ ਮੇਰੇ ਲਾਗੇ, ਭਰਾ ਆ ਆਪਣਾ ਛੋਟਾ, ਅਤੇ ਉਹ ਕਿਸੇ ਕੰਪਨੀ ਨਾਲ ਕੰਮ ਕਰਦਾ ਆ। ਅਤੇ ਮੈਂ ਨਾ ਉੱਦਾਂ ਉਹਨੂੰ ਮਿਲਣ ਗਿਆ, ਮਿਲ ਤਾਂ ਮੈਂ ਪਹਿਲਾਂ ਵੀ ਆਇਆ ਸੀਗਾ ਕਿਉਂਕਿ ਚੰਡੀਗੜ੍ਹ ਗਿਆ ਹੋਇਆ, ਉਸ ਤੋਂ ਬਾਅਦ ਮੈਂ ਗਿਆ ਮਿਲ ਕੇ ਆਇਆ ਉਹਨੂੰ, ਫਿਰ ਆਪਣੇ ਜਿੱਥੇ ਰਹਿੰਦਾ ਸੀਗਾ ਮੈਂ ਉੱਥੇ ਚਲਾ ਗਿਆ। ਉਸ ਤੋਂ ਬਾਅਦ ਮੈਂ ਇੱਕ ਦਿਨ ਉਹਨੂੰ ਮਿਲਣ ਗਿਆ, ਮੇਰੀ ਉਸ ਦਿਨ ਟ੍ਰੇਨਿੰਗ ਨਹੀਂ ਸੀ, ਮੈਂ ਮਿਲਣ ਗਿਆ। ਅਤੇ ਜਿੰਨਾ ਜਿਹੜੇ ਭਾਅ ਜੀ ਹੋਣਾਂ ਨਾਲ ਮੈਂ ਹੁਣ ਕੰਮ ਕਰਦਾ, ਵੱਡੇ ਭਾਅ ਜੀ ਹੋਣਾਂ ਨਾਲ, ਅਮਨ ਭਾਅ ਜੀ, ਰੋਹਿਤ ਭਾਅ ਜੀ, ਰੱਬ ਰੂਪੀ ਬੰਦੇ ਆ। ਅਤੇ ਮੈਂ ਉੱਥੇ ਗਿਆ ਅਤੇ ਭਾਅ ਜੀ ਹੁਣੇ ਅੱਗੇ ਬੈਠੇ ਸੀਗੇ, ਅਤੇ ਮੈਂ ਉਹਨੂੰ ਮਿਲਣ ਗਿਆ। ਅਤੇ ਉਹ ਕਹਿੰਦਾ ਵੀ ਭਾਅ ਜੀ ਇੱਦਾਂ ਇੱਦਾਂ, ਮੈਨੂੰ ਇੰਟਰੋਡਿਊਸ ਕਰਾਇਆ ਕਿ ਭਾਅ ਜੀ ਹੁਣੇ ਗੇਮ ਹੁਣ ਅਤੇ ਓਨਰ ਨੇ ਗੇਮ ਹੁਣ ਕੰਪਨੀ। ਮੈਂ ਕਿਹਾ ਠੀਕ ਆ ਭਾਅ ਜੀ। ਹੁਣੇ ਉਹਨੇ ਕਿਹਾ ਕਿ ਭਾਅ ਜੀ ਇਹ ਮੁੰਡਾ ਗਾਉਂਦਾ ਵਾ ਹੈ ਨਾ, ਲਿਖਦਾ ਗਾਉਂਦਾ ਆਪ ਸਭ ਕੁਛ, ਭਾਅ ਜੀ ਉਹਨਾਂ ਨੇ ਸੁਣਿਆ ਅਤੇ ਵਧੀਆ ਲੱਗਿਆ ਉਹਨਾਂ ਨੂੰ, ਉਹਨਾਂ ਨੂੰ ਗੱਲਾਂ ਵਧੀਆ ਲੱਗੀਆਂ ਮੇਰੀਆਂ ਜਾਂ ਜੋ ਵੀ ਮੈਂ ਕਿਹਾ। ਅਤੇ ਭਾਅ ਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਆਪਸ਼ਨ ਕੀ ਹੈ ਤੇਰੇ ਕੋਲ ਇਸ ਤੋਂ ਬਾਅਦ। ਅਤੇ ਮੈਂ ਕੁਛ ਸੋਚ ਕੇ ਨਹੀਂ ਕਿਹਾ ਕਿ ਜਿੱਦਾਂ ਹੈ ਨਾ, ਮੈਂ ਸੋਚ ਕੇ ਕਹਾਂ, ਮੈਨੂੰ ਨਹੀਂ ਸੀ ਪਤਾ ਵੀ ਮੈਂ ਇੱਥੋਂ ਤੱਕ ਆ ਜਾਣਾ ਜਾਂ ਉਹਨਾਂ ਨੇ ਮੈਨੂੰ ਮੌਕਾ ਮਿਲਣਾ ਉਹਨਾਂ ਨਾਲ ਕੰਮ ਕਰਨ ਦਾ। ਅਤੇ ਮੈਂ ਕੁਛ ਸੋਚ ਕੇ ਨਹੀਂ ਕਿਹਾ, ਜੋ ਮੇਰੇ ਮੂੰਹ 'ਚ ਆਇਆ ਮੈਂ ਕਹਿਤਾ। ਮੈਂ ਕਿਹਾ ਭਾਅ ਜੀ ਮੇਰੇ ਕੋਈ ਆਪਸ਼ਨ ਨਹੀਂ ਹੈ, ਮੈਂ ਬਣਿਆ ਹੀ ਸਿੰਗਿੰਗ ਵਾਸਤੇ ਹੈ ਜਾਂ ਕੁਛ ਵੀ ਹੈ ਨਾ। ਅਤੇ ਉਹਨਾਂ ਨੂੰ ਵਧੀਆ ਲੱਗੀਆਂ ਗੱਲਾਂ, ਜਾਂ ਉਹਨਾਂ ਨੂੰ ਸਿੰਗਿੰਗ ਵਧੀਆ ਲੱਗੀ, ਲਿਖਤ ਵਧੀਆ ਲੱਗੀ ਜਾਂ ਕੁਛ ਵੀ। ਅਤੇ ਭਾਅ ਜੀ ਹੁਣੇ ਉੱਥੋਂ ਚਲੇ ਗਏ ਅਤੇ ਅਸੀਂ ਰਾਤ ਮੈਂ ਉੱਥੇ ਸੀਗਾ। ਹਾਂ, ਇੱਕ ਮੁੰਡਾ ਹੋਰ ਸੀਗਾ, ਉਹ ਵੀ ਭਰਾ ਆਪਣਾ ਵੱਡਾ ਉਹ ਮੇਰੇ ਤੋਂ, ਅਸੀਂ ਦੋਨੋਂ ਉੱਥੇ ਸੀਗੇ। ਅਤੇ ਸਵੇਰੇ ਅਸੀਂ ਉੱਥੋਂ ਨਿਕਲਣ ਲੱਗੇ ਅਤੇ ਭਾਅ ਜੀ ਹੁਣ ਦਾ ਫੋਨ ਆ ਗਿਆ ਦੂਸਰੇ ਮੁੰਡੇ ਨੂੰ ਕਿ ਤਾਸ਼ ਨੂੰ ਲੈ ਕੇ ਆਪਣੀ ਉੱਥੇ ਆ ਫਲੈਟ ਗਿਆ। ਅਤੇ ਮੈਂ ਤਾਂ ਰੱਬ ਰੱਬ ਹੀ ਕਰਦਾ ਜਾਵਾਂ, ਮੈਂ ਕਿਹਾ ਰੱਬਾ ਕੋਈ ਚੰਗੀ ਗੱਲ ਹੀ ਹੋਵੇ ਸੱਚੀ। ਮਤਲਬ ਫਲੈਟ ਤੋਂ ਫਲੈਟ 'ਤੇ ਜਾਣਾ ਸੀਗਾ ਅਤੇ ਮੈਂ ਨਾਮ ਹੀ ਜੱਪੀ ਜਾਵਾਂ ਰੱਬ ਦਾ ਵੀ ਇਹ ਪਰਮਾਤਮਾ ਅੱਗੋਂ ਵਧੀਆ ਹੀ ਹੋਵੇ। ਅਤੇ ਭਾਅ ਜੀ ਹੁਣਾਂ ਨੂੰ ਗਿਆ ਮਿਲਿਆ, ਭਾਅ ਜੀ ਹੁਣਾਂ ਨੂੰ ਦੱਸਿਆ ਕਿ ਮਤਲਬ ਤੂੰ ਸਾਡੇ ਨਾਲ ਕੰਮ ਕਰ ਅਤੇ ਮਤਲਬ ਸਭ ਕੁਝ ਸਾਡਾ, ਤੂੰ ਕਰ ਸਾਡੇ ਨਾਲ ਕੰਮ ਕਰ, ਅਸੀਂ ਸਭ ਕੁਛ ਕਰਾਂਗੇ, ਸੌਂਗਸ ਵਗੈਰਾ ਜਾਂ ਕੁਛ ਵੀ। ਅਤੇ ਮੈਂ ਖੁਸ਼ ਬਹੁਤ ਸੀਗਾ ਅਤੇ ਇੱਕ ਇਹ ਵੀ ਸੀਗਾ ਮਨ 'ਚ ਕਿ ਯਾਰ
है ना कितों तक भज रहे हैं की कर रहे हैं तो कोई पता नहीं हुंदा, मतलब रब का कोई पता नहीं कि कितने आन के उन्हें कि चीज़ कर देनी है तुहानू पता भी नहीं लगन देना। सो उही चीज़ मेरे नाल हुई तो भाजी हमने मैनू कहते तो मैं कुछ नहीं सोचा, मैं कहा भाजी कोई चक्कर नहीं डन आ आपां करदे आ है ना। उस टाइम भाजी ने मैनू कहा कि चल तू लैके आ बैग अपना तो आपां चलीए। तो उस तो बाद भाजी हुण उस तो बाद भाजी हुणां दे नाल आ फिर मैं अपनी जॉब ज्वाइन करनी सी जिहदी ट्रेनिंग लाउंदा पिया सीगा। उस तो अगले दिन जिदन मतलब अज भाजी हुणां ने गल की आ मेरे नाल, अगले दिन मैं जॉब ज्वाइन करनी सी तो जॉब ज्वाइन भी नहीं मतलब हो सकी क्योंकि एकदम इधर करन कुछ गया सी हो कुछ गया परमात्मा की मेहर नाल। तो जॉब नहीं ज्वाइन की, जॉब वाले का फोन आया मैनू कहिंदे तुसीं कल जॉब ज्वाइन करनी है तो तुसीं आ जाओ अज अपना कार्ड होंदा एक विजिटिंग कार्ड सॉरी जिहड़ा गले च पाते जो भी कहिंदे उहनूं जिहड़े स्कूलां च पाते होंदे सीगे मैनूं पता नहीं हुण, तो वह कार्ड लै जाओ। मैं उन्होंने दस्या मैं क्या भी मेरे को जॉब नहीं ज्वाइन की जानी भी मैं कितने होर चलिया हूँ मेरा जो मैं चाहता सीगा भी उधर पैर पुट लिया हूँ मैं जॉब नहीं ज्वाइन करनी। सो भाजी हुणां दा तो बहुत जिन्ना धन्यवाद करा मैं उन्ना ही थोड़ा आ जिन्ना करा उन्ना थोड़ा कि मैं कितने किसी को फोन लाता सीगा कंपनिया कि मैनू है ना मैनू मैं सिंगिंग करता हाँ मैं लिखता हाँ तुम एक बार सुनो मैनू अपने नाल लो। सो भाजी हुणां ने बाँह फड़ी मेरी, वो पहले इंसान ने भाजी हुणे जिन्होंने मेरी बाँह फड़ी तो मेरे लिए तो रब तो भी उत्ते आ सच है क्योंकि जो वो ना होंदे तो अज नूं मैं उत्थे ही हुंदा जॉब कर रहा हुंदा तो अज वधिया। जिस दिन मैं पहले दिन स्टूडियो आया मैं कल्ला बैठा नाले मैं सोची जावा नाले मैं रोही जावा है ना भी किसी कोई ये भी टाइम सीगा स्टूडियो आने तरसदा सीगा तो अज मैं इत्थे आ मैं इत्थे ही सोना मैं इत्थे ही करना जो करना यही मेरा घर है। तो बहुत खुश भी सीगा कि चल यार जिहड़ी चीज़ पिछे भजदा सी हुण हौली हौली वो तेरे वल आ रही है। तो एक चीज़ ये भी हैगी कि तुसीं एक चीज़ नूं फड़ोगे ना कि मैं करना ही ये है वो चीज़ खुद तुहाडे कोल आउंदी है ना खुद तुहाडे कोल आउंदी है। तो बट मन साफ होना चाहिए लगन होनी चाहिए उस काम की कि मैं करना ही यही है, जनून होना चाहिए एक अंदर अग भी होनी चाहिए आ बहुत जरूरी आ। तो हौली हौली करद्या करद्या हुण तुहाडे सामने एक सौंग आया अगे भी आते रहणगे तो हुण रहिंदी अगे तुहाडा काम है तुसीं किन्ना क प्यार दिंदे हो तुसीं किन्ना क एप्रीशिएट करदे हो किन्ना क प्यार दिंदे हो। बाकी तुसीं मेरा जिहड़ा आया होया गाणा उहनूं सुणो असीं अगे होर गाणे कढ़ांगे करांगे कम। सो चलदा रहूगा सिलसिला। बाकी भाजी हुणां दा बहुत धन्नवाद आ जिन्ना करां उहनां दे सामने जां उहनां दी पिट पिछे उन्ना थोड़ा मैं सैल्फ मेड नहीं, मैनूं बनाउण वाले जे इन फ्यूचर जे वधिया काम चलिया परमात्मा की मेहर नाल तां मैनूं बनाउण वाले अमन भाजी ते रोहित भाजी होणगे होर उहनां तों उपर कोई नहीं मेरे लई इस दुनिया ते क्योंकि उन्होंने मैनू पछाणिया है ना मेरी बाँह फड़ी जो किसी ने नहीं फड़ी। सो उन्हों तो उपर मेरे लिए कोई नहीं है सब कुछ नहीं बाकी चली जाता काम हूँ जटा नेरिया लिया देंगे हौली हौली तरक्या जरूर करा हौली हौली। बाकी रब राखा तुहाडी सपोर्ट नाल जिन्ना जिनी तुसी सपोर्ट करोगे असी उन्ना वधिया वधिया काम करांगे जिनी तुसी सपोर्ट करोगे क्योंकि असी तुहाडे कमेंट्स देखने आ तुहाडी तुहाडे लाइक्स देखने आ कि तुसी की कह रहे हो जिथे गलत होवांगे तुसी दसोगे कि है ना तुहाडे तो छोटा मैं तुसी दसोगे कि इत्थे तू गलत आ इत्थे इदां कर इदां कर। सो तुहाडी गल्लां नाल ही सानू इंस्पिरेशन मिलेगी कि है ना प्यार करते हैं गाने सुनते हैं कमेंट्स करते हैं। सो उस तरीके हौली 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 काम चली जाऊगा रुकना नहीं हूँ।
ਬਾਕੀ ਆਉਣ ਵਾਲੇ ਜਿਹੜੇ ਟਰੈਕ ਆ ਰਹੇ ਆ ਤੁਸੀਂ ਤੁਹਾਨੂੰ ਅੰਦਾਜ਼ਾ ਤਾਂ ਹੋਏਗਾ ਹੋਊਗਾ ਕਿ ਜਿੱਦਾਂ ਦਾ ਮੈਂ ਪਹਿਲਾਂ ਸੌਂਗ ਕੀਤਾ ਵਾ ਆਉਣ ਵਾਲੇ ਉੱਦਾਂ ਦੇ ਹੋਣੇ ਆ ਬਾਕੀ ਰੋਮੈਂਟਿਕ ਵੀ ਨੇ ਸੈਡ ਤਾਂ ਕੋਈ ਵੀ ਲਿਖੇ ਹੋਏ ਨੇ ਬਟ ਕਰਨਾ ਨਹੀਂ ਬਾਕੀ ਅੱਗੇ ਭਾਅ ਜੀ ਉਹਨਾਂ ਨੂੰ ਪਤਾ ਹੋਊਗਾ ਕਰਨਾ ਕਿ ਨਹੀਂ ਅਤੇ ਮਾਰ ਧਾੜ ਜ਼ਿਆਦਾ ਆ ਚੱਕ ਲਾਂਗੇ ਧਰ ਲਾਂਗੇ ਕੋਈ ਚੱਕਰ ਨਹੀਂ ਇੱਦਾਂ ਦੇ ਸੌਂਗ ਕਾਫੀ ਨਹੀਂ ਉਹ ਲਿਖਦੇ ਜੋਨਰ ਹੀ ਇਹ ਆ ਕਿ ਹਿੰਦੀ ਵੀ ਲਿਖ ਲੈਂਦਾ ਹਿੰਦੀ ਸੌਂਗ ਹੋ ਗਏ ਪੰਜਾਬੀ ਸੈਡ ਹੋ ਗਏ ਰੈਪ ਹੋ ਗਏ ਰੋਮੈਂਟਿਕ ਹੋ ਗਏ ਠਾ ਠਈਆ ਹੋ ਗਿਆ ਚੱਕ ਲਓ ਧਰ ਲਓ ਅਤੇ ਬਹੁਤ ਜਲਦ ਆ ਰਿਹਾ ਇੱਕ ਹੋਰ ਨਵਾਂ ਸੌਂਗ ਲੈ ਕੇ ਬਾਕੀ ਜਿਹੜਾ ਆਇਆ ਹੋਇਆ ਤੁਸੀਂ ਉਹਨੂੰ ਸੁਣੋ ਪਿਆਰ ਦਿਓ ਵਧੀਆ ਵਧੀਆ ਕਮੈਂਟ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਲੋੜ ਹੈਗੀ ਆ ਅਤੇ ਰਹਿੰਦੀ ਜ਼ਿੰਦਗੀ ਤੱਕ ਰਹੂਗੀ ਹੈ ਨਾ ਕਿਉਂਕਿ ਮੈਂ ਇਹ ਨਹੀਂ ਕਹੂੰਗਾ ਕਿ ਅੱਜ ਲੋੜ ਆ ਅਤੇ ਕੱਲ੍ਹ ਨੂੰ ਤੁਹਾਡੀ ਲੋੜ ਨਹੀਂ ਹੋਣੀ ਤੁਹਾਡੀ ਲੋੜ ਰਹਿੰਦੀ ਜ਼ਿੰਦਗੀ ਤੱਕ ਰਹੂਗੀ ਜਿੰਨਾ ਚਿਰ ਅਸੀਂ ਕੰਮ ਕਰ ਰਹੇ ਹਾਂ ਜਾਂ ਜਿੰਨਾ ਚਿਰ ਸਾਹ ਚੱਲਦੇ ਆ ਕਿਉਂਕਿ ਤੁਹਾਡੇ ਨਾਲ ਹੀ ਆ ਸਭ ਕੁਝ ਆਡੀਅੰਸ ਹੀ ਹੁੰਦੀ ਹੈ ਇੱਕ ਆਰਟਿਸਟ ਆਡੀਅੰਸ ਹੀ ਦੇਖਦਾ ਆ ਕਿ ਮੇਰੇ ਨਾਲ ਕਿੰਨੇ ਲੋਕ ਜੁੜ ਰਹੇ ਨੇ ਮੈਨੂੰ ਕਿੰਨੇ ਲੋਕ ਪਿਆਰ ਕਰ ਰਹੇ ਨੇ ਕਿੰਨੇ ਲੋਕ ਹੈ ਨਾ ਜੋ ਲੋਕ ਕਹਿੰਦੇ ਜੋ ਲੋਕ ਗਲਤੀ ਦੱਸਦੇ ਆ ਨਾ ਕਿ ਹਾਂ ਤੇਰੀ ਇੱਥੇ ਗਲਤੀ ਆ ਉਹ ਸਭ ਤੋਂ ਵਧੀਆ ਉਹ ਇਨਸਾਨ ਹੁੰਦੇ ਸਾਡੇ ਲਈ ਕਿਉਂਕਿ ਉਹ ਸਾਨੂੰ ਗਲਤੀ ਦੱਸਦਾ ਕਿ ਅੱਜ ਕੱਲ੍ਹ ਕੋਈ ਕਿਸੇ ਨੂੰ ਕਿਸੇ ਦੀ ਗਲਤੀ ਨਹੀਂ ਦੱਸਦਾ ਲੋਕ ਇੰਨੇ ਬਿਜ਼ੀ ਹੈ ਕਹਿੰਦੇ ਕੋਈ ਚੱਕਰ ਨਹੀਂ ਹੈ ਨਾ ਉਹਦੀ ਆਪਣੀ ਲਾਈਫ ਕਰੇ ਤਾਂ ਜਿਹੜੇ ਲੋਕ ਸਾਨੂੰ ਸਾਡੀ ਗਲਤੀ ਦੱਸਦੇ ਆ ਨਾ ਉਹ ਲੋਕ ਸਭ ਤੋਂ ਵਧੀਆ ਹੁੰਦੇ ਕਿਉਂਕਿ ਇੱਕ ਤਾਂ ਆਪਣਾ ਟਾਈਮ ਕੱਢ ਕੇ ਸਾਨੂੰ ਹੈ ਨਾ ਸਾਡੀ ਗਲਤੀ ਦੱਸਦੇ ਆ ਕਿ ਤੁਸੀਂ ਇੱਥੇ ਗਲਤ ਹੋ ਤੁਸੀਂ ਇੱਥੇ ਇੱਦਾਂ ਕਰੋ ਸੋ ਲਾਈਫ 'ਚ ਕਾਫੀ ਲੋਕ ਨੇ ਜਿਹੜੇ ਮੈਨੂੰ ਦੱਸਦੇ ਨੇ ਸਭ ਤੋਂ ਪਹਿਲਾਂ ਤਾਂ ਭਾਅ ਜੀ ਹੁਣੀ ਨੇ ਜਿਹੜੇ ਮੈਨੂੰ ਜੇ ਕੁਛ ਗਲਤੀ ਵੀ ਕਰਦਾ ਆ ਤਾਂ ਕਹਿੰਦੇ ਵੀ ਨੇ ਕਿ ਤੂੰ ਇੱਥੇ ਗਲਤ ਆ ਹੈ ਨਾ ਅਤੇ ਹੌਲੀ ਹੌਲੀ ਸਿੱਖ ਰਹੇ ਹਾਂ ਹਰ ਇੱਕ ਚੀਜ਼ ਕਿਉਂਕਿ ਸਿੱਖ ਕੇ ਕੋਈ ਵੀ ਨਹੀਂ ਆਉਂਦਾ ਸਭ ਤੋਂ ਪਹਿਲਾਂ ਦੁਨੀਆ 'ਤੇ ਕੋਈ ਵੀ ਨਹੀਂ ਸਿੱਖ ਕੇ ਆਉਂਦਾ ਸਿੱਖਣਾ ਪੈਂਦਾ ਹੌਲੀ ਹੌਲੀ ਠੋਕਰਾਂ ਖਾ ਖਾ ਪੱਥਰ ਗੋਲ ਹੁੰਦੇ ਆ ਅਤੇ ਆਸਤੇ 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 ਗੁੱਡੀ ਤਾਂ ਦੀ ਤਾਂ ਹੀ ਚੜ੍ਹ ਜਾਂਦੀ ਆ ਮੇਰੇ ਵੀਰੋ ਮੇਰੇ ਵੀਰੋ ਅਤੇ ਅੱਗੇ ਵੀ ਸਿਲਸਿਲਾ ਚੱਲਦਾ ਰਹੂਗਾ ਇੱਦਾਂ ਹੀ ਗਾਣਿਆਂ ਦਾ ਹੁਣ ਵੀ ਸਟੂਡੀਓ ਬੈਠਾ ਸੀਗਾ ਅਤੇ FL ਖੋਲਿਆ ਹੋਇਆ ਸੀ ਮੈਂ ਕਿਹਾ ਚਲੋ ਕੁਛ ਬਣਾਉਂਦੇ ਹਾਂ ਜਾਂ ਕੁਛ ਵੀ ਆ ਮੈਂ ਤੁਹਾਨੂੰ ਦਿਖਾਉਂਦਾ ਰੱਖੋ ਆ ਦੇਖੋ ਇਹ ਹੈਗਾ ਜੀ FL ਸਟੂਡੀਓ ਇਹਦੇ 'ਤੇ ਹੀ ਸੌਂਗ ਬਣਦੇ ਆ ਸਾਰੇ ਇਹਦੇ 'ਤੇ ਹੀ ਵਰਕ ਹੁੰਦਾ ਸਾਰਾ ਇੱਦਾਂ ਦਾ ਕੁਛ ਵੀ ਨਹੀਂ ਮਤਲਬ ਸਮਝ ਲੱਗਦੀ ਹੈ ਨਾ ਜੋ ਬੰਦਾ ਅਣਜਾਣ ਹੁੰਦਾ ਮੈਂ ਵੀ ਪਹਿਲਾਂ ਅਣਜਾਣ ਹੀ ਸੀਗਾ ਹੁਣ ਥੋੜ੍ਹਾ ਬਹੁਤ ਹੁਣ ਕੋਈ ਜ਼ਿਆਦਾ ਮਾਸਟਰ ਨਹੀਂ ਬਣਿਆ ਮਤਲਬ ਥੋੜ੍ਹਾ ਬਹੁਤ ਪਤਾ ਲੱਗ ਗਿਆ ਕਿ ਕਿੱਥੇ ਕਿਹੜੀ ਚੀਜ਼ ਹੈ ਜਾਂ ਅਸੀਂ ਕਿੱਦਾਂ ਕਰਨਾ ਹੌਲੀ ਹੌਲੀ ਸਿੱਖਦੇ ਪਏ ਹਾਂ ਜਾਂ ਚਲੋ ਬਹੁਤ ਜ਼ਰੂਰੀ ਹੁੰਦਾ ਇੱਕ ਆਰਟਿਸਟ ਵਾਸਤੇ ਹਰ ਇੱਕ ਚੀਜ਼ ਨੂੰ ਦੇਖਣਾ ਜਾਂ ਉਹਨੂੰ ਲਰਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਜਿਹੜੀ ਚੀਜ਼ ਦੀ ਤੁਸੀਂ ਮਿਹਨਤ ਕਰ ਰਹੇ ਹੋ ਜਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਆਪਣਾ ਜਿਹੜਾ ਪੈਸ਼ਨ ਆ ਉਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਜਿੰਨੀ ਨੌਲੇਜ ਹੋਊਗੀ ਉਨੀ ਥੋੜ੍ਹੀ ਅਤੇ ਜਿੰਨੀ ਹੋਊਗੀ ਤੁਹਾਡੇ ਲਈ ਫਾਇਦੇਮੰਦ ਰਹੂਗੀ ਕਦੀ ਉਹ ਨੁਕਸਾਨ ਨਹੀਂ ਦਊਗੀ ਤੁਹਾਨੂੰ ਸੋ ਇਹਦੇ ਉੱਪਰ ਸਭ ਕੁਝ ਹੁੰਦਾ ਲਾਈਕ ਸੌਂਗ ਬੀਟਸ ਸਭ ਕੁਝ ਕੀ ਕੋਡਸ ਨੇ ਵੋਇਸ ਵਾਸਤੇ ਕੀ ਪੂਰਾ ਸਟੂਡੀਓ ਅਤੇ ਇਹ ਆ ਤਾਜ ਜੋ ਤੁਹਾਡੇ ਨਾਲ ਗੱਲਾਂ ਕਰਦਾ ਪਿਆ ਇਸ ਟਾਈਮ ਆਓ ਮਣਕੇ ਸਮਾਂ ਚਾਹੇ ਕੋਈ ਵੀ ਹੋਵੇ ਸਮਾਂ ਚਾਹੇ ਕੋਈ ਵੀ ਹੋਵੇ ਸਾਣ ਜੱਟ ਚੱਲਦਾ ਇਹ ਇੱਕ ਤਣਕੇ ਹੋ ਬਾਕੀ ਤੁਸੀਂ ਜਾਓ ਗੇਮ ਔਨ ਮਿਊਜ਼ਿਕ ਦੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਜਾ ਕੇ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦੀ ਘੰਟੀ ਦੱਬ ਦਿਓ ਤਾਂ ਕਿ ਆਉਣ ਵਾਲੇ ਸੌਂਗਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਸੋ ਆਉਣ ਵਾਲੇ ਟਰੈਕ ਵੀ ਉਸੇ ਉੱਪਰ ਹੀ ਆਉਣੇ ਆ ਜਿੰਨੇ ਵੀ ਆਉਣਗੇ ਜਿੰਨਾ ਜਿੰਨਾ ਕੰਮ ਕਰਾਂਗੇ ਤੁਹਾਡੇ ਰੂਬਰੂ ਕਰਾਂਗੇ ਕੰਮ ਨੂੰ ਤੁਸੀਂ ਪਿਆਰ ਦਿਓਗੇ
ਸੋ ਇੱਦਾਂ ਹੀ ਅੱਗੇ ਗੱਲਬਾਤ ਚੱਲਦੀ ਰਹਿਣੀ ਆ, ਚੱਲਦੀ ਰਹਿਣੀ ਆ, ਚੱਲਦੀ ਰਹਿਣੀ ਆ, ਕੰਮ ਕਰਦੇ ਰਹਿਣਾ, ਕਰਦੇ ਰਹਿਣਾ ਅਤੇ ਕਰਦੇ ਰਹਿਣਾ। ਬਾਕੀ ਕੋਈ ਚੱਕਰ ਨਹੀਂ ਮੇਰੇ ਵੀਰੇ। ਉਹ ਬਾਕੀ ਤੁਸੀਂ ਜਿਹੜਾ ਵੀ ਕੋਈ ਕੰਮ ਕਰਦੇ ਪਏ ਹੋ, ਇਹ ਨਹੀਂ ਕਿ ਜ਼ਰੂਰੀ ਸਿੰਗਿੰਗ ਹੈ, ਕੋਈ ਕਿਸੇ ਦਾ ਕੋਈ ਪੈਸ਼ਨ ਹੁੰਦਾ, ਕਿਸੇ ਦਾ ਕੋਈ ਪੈਸ਼ਨ ਹੁੰਦਾ, ਆਪਣੇ ਕੰਮ ਨੂੰ, ਕੰਮ ਦੇ ਵਿੱਚ ਇਮਾਨਦਾਰ ਰਹੋ ਹਮੇਸ਼ਾ। ਕਿਉਂਕਿ ਜੇ ਅਸੀਂ ਕੰਮ ਨੂੰ ਇੱਜ਼ਤ ਦੇਵਾਂਗੇ ਤਾਂ ਕੰਮ ਸਾਡੀ ਇੱਜ਼ਤ ਕਰੇਗਾ, ਜੇ ਕੰਮ 'ਚ ਇਮਾਨਦਾਰ ਨਹੀਂ ਹੋਵਾਂਗੇ ਤਾਂ ਕੰਮ ਸਾਡੀ ਕਦੇ ਵੀ ਇੱਜ਼ਤ ਨਹੀਂ ਕਰੇਗਾ। ਸੈਣੀ ਗੱਲ ਕੀਤੀ ਆ ਨਹੀਂ ਮੈਂ, ਸੁਣੋ ਇਸ ਗੱਲ 'ਤੇ ਗੌਰ ਕਰੋ, ਮੈਂ ਵੀ ਕਰਦਾ। ਜ਼ਿੰਦਗੀ 'ਚ ਬਹੁਤ ਲੋਕ ਆਉਂਦੇ ਨੇ, ਕੁਝ ਤੁਹਾਨੂੰ ਉੱਪਰ ਲੈ ਕੇ ਜਾਣ ਵਾਲੇ, ਕੁਝ ਤੁਹਾਨੂੰ ਥੱਲੇ ਲੈ ਕੇ ਜਾਣ ਵਾਲੇ। ਸੋ ਜਿਹੜੇ ਥੱਲੇ ਲੈ ਕੇ ਜਾਂਦੇ ਉਹਨਾਂ ਦੀ ਕਦੀ ਪਰਵਾਹ ਨਾ ਕਰੋ, ਅਤੇ ਜੋ ਉੱਪਰ ਲੈ ਕੇ ਜਾਂਦੇ ਆ ਉਹਨਾਂ ਦੀ ਹਮੇਸ਼ਾ ਇੱਜ਼ਤ ਕਰੋ ਅਤੇ ਕਰਦੇ ਰਹੋ। ਇਹ ਨਹੀਂ ਕਿ ਜਦੋਂ ਤੁਹਾਨੂੰ ਉੱਪਰ ਲੈ ਕੇ ਜਾ ਰਿਹਾ ਤੁਸੀਂ ਉਹਨਾਂ ਦੀ ਇੱਜ਼ਤ ਕਰ ਰਹੇ ਹੋ ਅਤੇ ਜਦੋਂ ਤੁਸੀਂ ਉੱਪਰ ਪਹੁੰਚ ਜਾਂਦੇ ਹੋ ਉਦੋਂ ਉਹਨਾਂ ਦੀ ਇੱਜ਼ਤ ਭੁੱਲ ਜਾਓ। ਜੇ ਤੁਸੀਂ ਪਹਿਲੇ ਦਿਨ ਉਹਨਾਂ ਨੂੰ ਜੀ ਕਿਹਾ ਆ ਤਾਂ ਉਹਨਾਂ ਨੂੰ ਜੀ ਕਹੋ, ਉਹ ਰਹਿੰਦੀ ਜ਼ਿੰਦਗੀ ਤੱਕ ਤੁਹਾਡੇ ਮੂੰਹ 'ਚੋਂ ਉਹਨਾਂ ਲਈ ਜੀ ਹੀ ਨਿਕਲਣਾ ਚਾਹੀਦਾ, ਕਦੀ ਤੁਸੀਂ ਤੋਂ ਤੂੰ 'ਤੇ ਨਹੀਂ ਆਉਣਾ, ਨਹੀਂ ਆਉਣਾ ਚਾਹੀਦਾ। ਕਿਉਂਕਿ ਇਨਸਾਨ ਬਹੁਤ ਦੇਖੇ ਨੇ ਮੈਂ ਵੀ, ਜਿਹੜੇ ਹੈ ਨਾ ਪਹਿਲਾਂ ਕਿਸੇ ਦੀ ਸਪੋਰਟ ਲੈ ਕੇ ਉੱਪਰ ਜਾਂਦੇ ਨੇ, ਸੋ ਉੱਪਰ ਜਾ ਕੇ ਛੱਡ ਦਿੰਦੇ ਨੇ ਉਹਨਾਂ ਨੂੰ, ਮਤਲਬ ਉਹਨਾਂ ਨਾਲ ਨਹੀਂ ਰਹਿੰਦੇ ਰਹਿੰਦੀ ਜ਼ਿੰਦਗੀ ਤੱਕ, ਹੈ ਨਾ। ਸੋ ਇਹਦੇ ਵਿੱਚ ਕੀ ਹੁੰਦਾ ਕਿ ਲੋਕਾਂ ਦਾ ਭਰੋਸਾ ਟੁੱਟ ਜਾਂਦਾ ਆ, ਲੋਕ ਕਦੀ ਕਿਸੇ ਦੀ ਹੈਲਪ ਨਹੀਂ ਕਰ ਸਕਦੇ, ਹੈ ਨਾ। ਅੱਜ ਜੇ ਕੋਈ ਕਿਸੇ ਦੀ ਹੈਲਪ ਨਹੀਂ ਕਰ ਰਿਹਾ ਤਾਂ ਉਹ ਇਹੀ ਕਾਰਨ ਹੈ ਕਿ ਜਿਹੜਾ ਨਹੀਂ ਕਰ ਰਿਹਾ ਉਹਨੇ ਕਦੀ ਕਿਸੇ ਦੀ ਹੈਲਪ ਕੀਤੀ ਹੋਊਗੀ, ਤਾਂ ਉਹ ਜਿਹਨੇ ਹੈਲਪ ਕਰਵਾਈ ਹੋਊਗੀ ਉਹਨੇ ਕਰਨ ਵਾਲੇ ਨੂੰ ਧੋਖਾ ਦਿੱਤਾ ਹੋਊਗਾ, ਅਤੇ ਅੱਜ ਉਹ ਇਨਸਾਨ ਕਿਸੇ ਦੀ ਹੈਲਪ ਨਹੀਂ ਕਰ ਰਿਹਾ ਕਿਉਂਕਿ ਉਹਦਾ ਦੁਨੀਆਦਾਰੀ ਤੋਂ ਵਿਸ਼ਵਾਸ ਉੱਠ ਚੁੱਕਿਆ। ਸੋ ਕਦੀ ਵੀ ਕਿਸੇ ਨਾਲ ਇੱਦਾਂ ਨਾ ਕਰੋ। ਜੇ ਕਿਸੇ ਨੂੰ ਆਪਣੇ ਆਪ 'ਤੇ ਭਰੋਸਾ ਕਰਵਾਇਆ ਜਾਂ ਤੁਹਾਡਾ ਉੱਤੇ ਭਰੋਸਾ ਵਾ, ਤੁਹਾਨੂੰ ਬਰਕਰਾਰ ਰੱਖੋ, ਜਾਂ ਜਿੱਥੇ ਤੁਸੀਂ ਭਰੋਸਾ ਕੀਤਾ ਆ ਤਾਂ ਕੁਛ ਦੇਖ ਸੁਣ ਕੇ ਕਰੋ, ਅਗਲੇ ਦੀਆਂ ਗੱਲਾਂ, ਅਗਲਾ ਕਿੱਦਾਂ ਦਾ ਵਾ, ਉਹਦਾ ਨੇਚਰ ਕਿੱਦਾਂ ਦਾ ਆ, ਉਹ ਚੀਜ਼ ਦੇਖ ਕੇ ਉੱਤੇ ਭਰੋਸਾ ਕਰੋ। ਹੈਲਪ ਉਹਦੀ ਕਰੋ ਜਿਹਨੂੰ ਲੋੜ ਹੈ, ਜਿਹੜਾ ਡਿਜ਼ਰਵ ਕਰਦਾ ਹੈਲਪ, ਕਿ ਹਾਂ ਯਾਰ ਇਸਨੂੰ ਲੋੜ ਹੈ ਹੈਲਪ ਦੀ, ਇਹਦੀ ਹੈਲਪ ਕਰਨੀ ਚਾਹੀਦੀ ਹੈ। ਸਹੀ ਇਨਸਾਨ ਦੀ ਹੈਲਪ ਕਰੋ, ਸਹੀ ਇਨਸਾਨ ਬਾਅਦ ਵਿੱਚ ਹੀ ਪਤਾ ਲੱਗਦਾ। ਮੈਂ ਤਾਂ ਕਹਿ ਤਾ ਕਿ ਸਹੀ ਇਨਸਾਨ ਦੀ ਹੈਲਪ ਕਰੋ, ਪਰ ਸਹੀ ਇਨਸਾਨ ਕੋਈ ਨਹੀਂ ਪਤਾ ਕੌਣ ਹੈ ਕੌਣ ਨਹੀਂ, ਗੱਲਾਂ ਤੋਂ ਪਤਾ ਲੱਗਦਾ, ਬੰਦੇ ਦੇ ਨੇਚਰ ਤੋਂ ਪਤਾ ਲੱਗਦਾ। ਇੱਦਾਂ ਹੀ ਸੰਸਾਰ ਚੱਲੀ ਜਾਂਦਾ ਚੱਲੀ ਜਾਂਦਾ। ਬੋਲ ਬੋਲ ਕੇ ਪਿਆਸ ਲੱਗੀ ਜਾ ਰਹੀ ਬਹੁਤ। ਚੀਅਰਸ। ਆਉਣ ਵਾਲੇ ਸੌਂਗਸ ਤਾਂ ਇੱਕ ਤੋਂ ਮੇਰੇ ਕੋਲ ਹੈ, ਮੈਂ ਬਟ ਤੁਹਾਨੂੰ ਸੁਣਾ ਨਹੀਂ ਸਕਦਾ, ਸਰਪ੍ਰਾਈਜ਼ ਹੈ ਤੁਹਾਡੇ ਲਈ, ਤੁਸੀਂ ਉਦੋਂ ਹੀ ਸੁਣਿਓ ਜਦੋਂ ਅਸੀਂ ਸੁਣਾਉਣਾ ਚਾਹਵਾਂਗੇ ਜਾਂ ਜਦੋਂ ਅਸੀਂ ਓਫਿਸ਼ਲੀ ਰਿਲੀਜ਼ ਕਰਾਂਗੇ। ਸੋ ਪਿਆਰ ਦਿਓ ਆਪਣਾ ਜਿੰਨਾ ਹੋ ਸਕੇ, ਵਧੀਆ ਵਧੀਆ ਕਮੈਂਟਸ ਕਰਿਓ।
ਤੁਸੀਂ ਮੇਰੇ ਵੀਰਿਓ ਹੋਰ ਤੁਸੀਂ ਸੁਣਾਓ ਗੱਲਾਂ ਬਾਤਾਂ ਇਕੱਲਾ ਹੀ ਬੈਠਾ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਪਿਆ ਜਦੋਂ ਤੁਸੀਂ ਕਮੈਂਟ 'ਚ ਬੋਲਣਾ ਉਦੋਂ ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਣੀ ਹੁਣ ਮੈਂ ਗੱਲਾਂ ਕਰਦਾ ਪਿਆ ਪਰ ਤੁਹਾਨੂੰ ਬਾਅਦ 'ਚ ਪਤਾ ਲੱਗਣਾ ਚਲੋ ਤੁਹਾਨੂੰ ਆਪਣੀ ਕਾਪੀ ਦੱਸਦਾ ਜਿਹੜੀ ਮੈਂ ਮਤਲਬ ਜਿੱਥੇ ਗਾਣੇ ਲਿਖਦਾ ਇਹ ਹੈ ਜੀ ਮੇਰੀ ਕਾਪੀ ਜਿੱਥੇ ਮੈਂ ਗਾਣੇ ਲਿਖਦਾ ਅਤੇ ਜਿੱਥੇ ਮੇਰੇ ਦੋ ਤਿੰਨ ਚਾਰ ਪੰਜ ਛੇ ਸਾਲ ਪੁਰਾਣੇ ਗਾਣੇ ਲਿਖੇ ਹੋਏ ਨੇ ਮਤਲਬ ਡੇਟ ਨਹੀਂ ਪਾਈ ਕਦੀ ਮਤਲਬ ਇੰਨਾ ਹੈ ਅੰਦਾਜ਼ਾ ਪਹਿਲਾ ਸੌਂਗ ਨੇਮ ਵੈਸੇ ਇੰਗਲਿਸ਼ 'ਚ ਹੀ ਆ ਸਾਰੇ ਸ਼ੁਰੂ ਤੋਂ ਹੀ ਇੰਗਲਿਸ਼ 'ਚ ਰੱਖੇ ਨਾਮ ਸੀਰੀਅਸ ਮੈਟਰ ਅੰਡਰਗਰਾਊਂਡ ਬਹੁਤ ਕੁਛ ਸਮਥਿੰਗ ਜਿੰਨੇ ਗਾਣਾ ਜਦੋਂ ਮੇਰਾ ਪਹਿਲਾ ਗਾਣਾ ਆਇਆ ਵਨ ਮੈਨ ਆਰਮੀ ਅਤੇ ਮੇਰੇ ਪਿੰਡ ਵਾਲਿਆਂ ਤੱਕ ਪੁੱਜਿਆ ਗਾਣਾ ਪਿੰਡ ਵਾਲਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੇਰੇ ਪਿੰਡ ਵਾਲੇ ਮੇਰੇ ਨਾਲ ਨੇ ਬਹੁਤ ਸਹਿਯੋਗ ਦਿੰਦੇ ਨੇ ਬਹੁਤ ਸਾਥ ਦਿੰਦੇ ਨੇ ਸੋ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਸੁਣਿਆ ਉਹਨਾਂ ਨੇ ਅਤੇ ਐਪਰੀਸ਼ੀਏਟ ਕੀਤਾ ਮੋਟੀਵੇਟ ਕੀਤਾ ਮੈਨੂੰ ਕਿ ਹੋਰ ਕੰਮ ਕਰ ਤੂੰ ਵਧੀਆ ਵਧੀਆ ਕੰਮ ਕਰ ਸੋ ਅਸੀਂ ਇੱਦਾਂ ਹੀ ਵਧੀਆ ਵਧੀਆ ਕੰਮ ਕਰਦੇ ਰਹਿਣਾ ਅੱਗੇ ਬਾਕੀ ਇੱਕ ਵਾਰੀ ਫਿਰ ਮੈਂ ਜਿੰਨਾ ਧੰਨਵਾਦ ਕਰਾਂ ਉਹਨਾਂ ਥੋੜ੍ਹਾ ਭਾਅ ਜੀ ਹੁਣਾਂ ਦਾ ਕਿ ਉਹਨਾਂ ਨੇ ਹੈ ਨਾ ਮੈਨੂੰ ਪਛਾਣਿਆ ਜਾਂ ਮੈਨੂੰ ਆਪਣੇ ਨਾਲ ਰੱਖਿਆ ਇਸ ਕੰਮ ਲਈ ਨਹੀਂ ਮੈਨੂੰ ਆਪਣੇ ਨਾਲ ਰੱਖਿਆ ਮੇਰੇ 'ਤੇ ਪੈਸੇ ਲਾ ਰਹੇ ਨੇ ਜਾਂ ਬਹੁਤ ਮਿਹਨਤ ਹੁੰਦੀ ਆ ਇਹ ਇੱਕ ਆਰਟਿਸਟ ਨੂੰ ਪਾਲਣਾ ਇੱਕ ਆਰਟਿਸਟ ਨੂੰ ਨਿਖਾਰਨਾ ਆਰਟਿਸਟ ਨੂੰ ਬਣਾਉਣਾ ਆਰਟਿਸਟ ਉਹਨਾਂ ਚਿਰ ਆਰਟਿਸਟ ਨਹੀਂ ਆ ਜਿੰਨਾ ਚਿਰ ਆਡੀਅੰਸ ਨਹੀਂ ਆ ਅਤੇ ਜਿੰਨਾ ਚਿਰ ਉਹਨੂੰ ਬਣਾਉਣ ਵਾਲਾ ਨਹੀਂ ਹੈ ਉਹਨਾਂ ਚਿਰ ਆਰਟਿਸਟ ਨਹੀਂ ਹੈ ਕੁਝ ਲੋਕ ਕਹਿੰਦੇ ਆ ਮੈਂ ਅਸੀਂ ਆਪ ਬਣੇ ਆਪ ਕੋਈ ਨਹੀਂ ਬਣਦਾ ਕਿਸੇ ਨੂੰ ਬਣਾਉਣ ਦੇ ਵਿੱਚ ਕਿਸੇ ਦਾ ਹੱਥ ਜ਼ਰੂਰ ਹੁੰਦਾ ਕੋਈ ਆਪ ਨਹੀਂ ਬਣਦਾ ਖੁਦ ਸੈਲਫ ਮੇਡ ਕੋਈ ਨਹੀਂ ਜਿਵੇਂ ਕਈ ਵਾਰ ਆਪਣੇ ਪੁਰਾਣੇ ਸੌਂਗ ਮਤਲਬ ਪੜ੍ਹਦਾ ਹੁੰਦਾ ਇੱਦਾਂ ਗਾਉਂਦਾ ਆ ਅਤੇ ਮੈਨੂੰ ਅੱਜ ਵਧੀਆ ਲੱਗਦਾ ਹੈ ਕਿ ਪਹਿਲਾਂ ਮੈਂ ਕੀ ਲਿਖਦਾ ਸੀਗਾ ਹੈ ਨਾ ਕਦੀ ਮਾੜਾ ਨਹੀਂ ਕਿਹਾ ਵੀ ਮੈਂ ਮਾੜਾ ਲਿਖਿਆ ਵਧੀਆ ਚਲੋ ਉਦੋਂ ਵੀ ਵਧੀਆ ਸੀਗਾ ਅੱਜ ਤਾਂ ਬਹੁਤ ਵਧੀਆ ਹੈ ਨਾ ਕਿਉਂਕਿ ਸਿੱਖਣ ਦਾ ਮੌਕਾ ਮਿਲਿਆ ਦੁਨੀਆਂ 'ਚ ਫਿਰਿਆ ਆ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਤਾ ਲੱਗੀਆਂ ਥੋਟਸ ਆਏ ਉਹ ਚੀਜ਼ ਪੜ੍ਹ ਕੇ ਬਹੁਤ ਵਧੀਆ ਲੱਗਦਾ ਆ ਯਾਰ ਕੋਈ ਇਹ ਟਾਈਮ ਵੀ ਸੀਗਾ ਹੈ ਨਾ ਉਦੋਂ ਕੁਛ ਨਹੀਂ ਸੀ ਪਤਾ ਕੀ ਕਰਨਾ ਕੀ ਨਹੀਂ ਆਪਣੇ ਟੈਲੈਂਟ ਵਰ ਜ਼ੋਰ ਦਿੱਤਾ ਸੀਗਾ ਆਪਣੇ ਆਪ 'ਤੇ ਕਿ ਕਰ ਲਈਏ ਕੁਛ ਗਾ ਲਈਏ ਕੁਛ ਲਿਖ ਲਈਏ ਕੁਛ ਬਣਾ ਲਈਏ ਬਹੁਤ ਕੁਛ ਹੈ ਫਸਟ ਸੌਂਗ ਇਹਦੇ ਉੱਪਰ ਤਾਂ ਫਸਟ ਲਿਖਿਆ ਹੋਇਆ ਬਟ ਇਹ ਫਸਟ ਨਹੀਂ ਹੈ ਬਹੁਤ ਪਤਾ ਨਹੀਂ ਕਿੰਨਾ ਕੁ ਫਸਟ ਹੈ ਇਹਦਾ ਨਾਮ ਸੀਗਾ ਗੋਡ ਲਾਈਫ ਜਿਹਦੇ ਉੱਪਰ ਫਸਟ ਲਿਖਿਆ ਹੋਇਆ ਇਹਦਾ ਨਾਮ ਗੋਡ ਲਾਈਫ ਸੁਣਾ ਨਹੀਂ ਸਕਦਾ ਉਦੋਂ ਸੁਣਿਓ ਜਦੋਂ ਵਧੀਆ ਤਰੀਕੇ ਨਾਲ ਸੁਣਾਵਾਂਗੇ ਰਿਲੀਜ਼ ਕਰਾਂਗੇ ਫਿਰ ਤੁਸੀਂ ਸੁਣਿਓ ਸੌਂਗ ਪਿਆਰ ਦਿਓ ਆਪਣਾ ਹੌਲੀ ਹੌਲੀ ਕਰਾਂਗੇ ਸਭ ਕੁਛ ਕੁਛ ਲੋਕ ਹਿੰਮਤ ਹਾਰ ਜਾਂਦੇ ਆ ਕਿ ਹੈ ਨਾ ਕੁਛ ਅਸੀਂ ਕਰ ਨਹੀਂ ਪਾ ਰਹੇ ਜਾਂ ਕੁਛ ਹੋ ਨਹੀਂ ਰਿਹਾ ਵਧੀਆ ਗੱਲ ਇੱਦਾਂ ਆ ਕਿ ਦੇਖੋ ਹਰ ਇੱਕ ਚੀਜ਼ ਦਾ ਕੋਈ ਟਾਈਮ ਹੈ
जे तुहानू जिदा तुसी 4 साल दे हो है ना, तुहानू ड्राइविंग नहीं आती, कार नहीं चलानी आती, तो तुहानू कोई कार फड़ाऊगा नहीं क्योंकि तुहानू नहीं चलानी आती, तुहानू ड्राइविंग नहीं आती। तो जो तुसी वड्डे हो जाओगे तुहानू ड्राइविंग आती है, तो तुसी जिन्हों कहोगे तुहानू कार फड़ा दूगा क्योंकि तुहानू ड्राइविंग आती है ना, ये चीज़ है। तो जिन्ना चिर तुसी उस चीज़ के काबिल नहीं होवोगे तो उन्ना चिर रब वो चीज़ तुहानू नहीं दूगा। जो तुसी काबिल हो गए उस चीज़ को हैंडल करन दे विच या कुछ भी कह लो, तो परमात्मा वो तुहानू चीज़ दे दूगा क्योंकि तुसी उदों काबिल हो जाओगे उस चीज़ को पाण वास्ते, हैंडल करन वास्ते। सो ये चीज़ होंदी है, कोई ये नहीं कह सकता कि काफ़ी लोग मैं सुनिया कहिंदे वी रब ने साडे नाल मतलब माड़ा किया करी जा रहा, रब माड़ा नहीं करता, सानू माड़ा लगता। तो देखो वधिया गल है कि जो साडे नाल चंगा हुंदा सी रब नू याद नहीं करदे है ना, जो माड़ा हुंदा तो फिर हाई रब्बा, तो जो चंगा हुंदा फिर असीं रब नू याद भी नहीं करदे। सो हर टाइम परमात्मा नू याद करना चाहिए, तो कभी यह नहीं सोचना चाहिए कि मैं हार गया, नैवर गिव अप नहीं करना चाहिए, कभी लगे रहो। एक ना एक दिन तुसीं उस चीज़ ਨੂੰ ਜ਼ਰੂਰ ਹਾਸਿਲ ਕਰੋਗੇ ਜਿਹਦੇ ਵਾਸਤੇ ਤੁਸੀਂ ਮਿਹਨਤ ਕਰ ਰਹੇ ਹੋ, ਐਫਰਟਸ ਕਰ ਰਹੇ ਹੋ, ਜਾਂ ਤੁਸੀਂ ਪੇਸ਼ੈਂਸ ਰੱਖ ਰਹੇ ਹੋ। ਪੇਸ਼ੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ, ਸਬਰ ਬਹੁਤ ਵੱਡੀ ਚੀਜ਼ ਹੈ। ਸਬਰ ਰੱਖ ਕੇ ਹੀ ਬਹੁਤ ਕੁਛ ਸਭ ਕੁਛ ਕੀਤਾ ਜਾਂਦਾ, ਜੇ ਸਬਰ ਨਹੀਂ ਤਾਂ ਬੰਦਾ ਕੁਛ ਨਹੀਂ ਕਰ ਸਕਦਾ। ਸਬਰ ਰੱਖ ਕੇ ਹਰ ਇੱਕ ਚੀਜ਼ ਹੁੰਦੀ ਹੈ। ਮੈਂ ਵੀ ਕਈ ਵਾਰੀ ਇਹ ਸੋਚ ਲਾ ਮਤਲਬ ਨੈਗੇਟਿਵ ਕਹਿੰਦੇ ਨੇ, ਜੇ ਬੰਦਾ ਪੋਜ਼ੀਟਿਵ ਹੈ ਤਾਂ ਨੈਗੇਟਿਵ ਖਿਆਲ ਆਉਣੇ ਚਾਹੀਦੇ ਆ, ਕਿਉਂਕਿ ਜਿੰਨਾ ਚਿਰ ਸਾਨੂੰ ਨੈਗੇਟਿਵ ਖਿਆਲ ਨਹੀਂ ਨਾ ਆਊਗਾ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਨੈਗੇਟਿਵ ਕੀ ਹੈ ਅਤੇ ਪੋਜ਼ੀਟਿਵ ਕੀ ਆ। ਸੋ ਮੈਂ ਪੋਜ਼ੀਟਿਵ ਰਹਿੰਦਾ ਸੀਗਾ ਨਹੀਂ, ਹਜੇ ਵੀ ਮੈਂ ਸ਼ੁਰੂ ਤੋਂ ਪੋਜ਼ੀਟਿਵ ਰਹਿਣਾ, ਨੈਗੇਟਿਵ ਨਹੀਂ ਕਦੀ ਕੁਛ ਸੋਚਿਆ। ਅਤੇ ਜੇ ਮੇਰੀ ਪੋਜ਼ੀਟਿਵਿਟੀ ਤਾਂ ਇੱਦਾਂ ਸੀਗਾ ਕਿ ਜੇ ਇੱਕ ਚੀਜ਼ ਹੈਗੀ ਆ ਨਾ ਕਿ 99% ਇਹ ਚੀਜ਼ ਨੈਗੇਟਿਵ ਹੈ ਅਤੇ 1% ਪੋਜ਼ੀਟਿਵ, ਮੈਂ 99% ਨਹੀਂ ਸੀ ਦੇਖਦਾ, ਮੈਂ 1% ਦੇਖਦਾ ਸੀ ਕਿ ਹਾਂ 1% ਤਾਂ ਪੋਜ਼ੀਟਿਵ ਹੈ ਨਾ। ਅਤੇ ਮੈਂ ਕਈ ਵਾਰੀ ਨੈਗੇਟਿਵ ਹੋਈ ਨਾ ਵੀ ਕੀ ਪਤਾ ਕੁਛ ਹੋਣਾ ਵੀ ਹੈ ਕਿ ਨਹੀਂ, ਕੀ ਪਤਾ ਇੱਦਾਂ ਹੋਣਾ ਕਿ ਨਹੀਂ, ਆਪਣੇ ਆਪਣਾ ਗੱਲਾਂ ਕਰਨੀਆਂ। ਸਭ ਤੋਂ ਪਹਿਲਾਂ ਇਨਸਾਨ ਨੂੰ ਆਪਣਾ ਦੋਸਤ ਬਣਨਾ ਚਾਹੀਦਾ, ਆਪਣਾ ਖੁਦ ਦਾ, ਆਪਣੇ ਆਪਣਾ ਗੱਲਾਂ 'ਚ ਕਰਨੀ ਚਾਹੀਦੀ, ਆਪਣੇ ਆਪ ਦਾ ਦੋਸਤ ਬਣਨਾ ਚਾਹੀਦਾ ਹੈ ਕਿ ਆਪਣੇ ਆਪਣਾ ਗੱਲਾਂ ਕਰੋ, ਯਾਰ ਇਹ ਹੋਏਗਾ, ਮੈਂ ਇੱਦਾਂ ਦੀ ਮਿਹਨਤ ਕਰ ਰਿਹਾ ਵਾਂ, ਮੈਂ ਇਹ ਕਰ ਰਿਹਾ ਵਾਂ, ਮੈਂ ਟਾਈਮ ਨਾਲ ਉੱਠ ਰਿਹਾ ਮੈਂ ਜਾਂ ਕੁਛ ਵੀ ਕਰ ਰਿਹਾ ਵਾਂ, ਇੱਦਾਂ ਹੋ ਜਾਏਗਾ। ਫਿਰ ਸਾਡੇ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਜਿਹੜੀ ਜਿਹੜੀ ਕਿ ਇਹ ਹੋ ਸਕਦਾ, ਤੂੰ ਕਰ ਸਕਣਾ, ਇੱਕ ਜਨੂੰਨ ਰੱਖ, ਉਹ ਚੀਜ਼ ਸਭ ਤੋਂ ਵਧੀਆ। ਅਤੇ ਜੋ ਲੋਕ ਗਿਵ ਅਪ ਕਰ ਲੈਂਦੇ ਆ, ਹੋ ਸਕਦਾ ਜਦੋਂ ਉਹਨਾਂ ਨੇ ਗਿਵ ਅਪ ਕੀਤਾ ਆ ਉਹ ਤੋਂ ਬਾਅਦ ਜਾਂ ਥੋੜ੍ਹਾ ਟਾਈਮ ਬਾਅਦ ਉਹਨਾਂ ਨੂੰ ਉਹ ਚੀਜ਼ ਮਿਲ ਜੇ, ਬਟ ਉਹ ਗਿਵ ਅਪ ਕਰ ਗਏ, ਉਹ ਚੀਜ਼ ਉਹਨਾਂ ਦੇ ਹੱਥੋਂ ਨਿਕਲ ਗਈ। ਕੁਛ ਚੀਜ਼, ਕੁਛ ਲੋਕ ਇਹ ਚੀਜ਼ਾਂ ਨਹੀਂ ਪਹਿਚਾਣ ਪਾਉਂਦੇ, ਕੁਛ ਆਪਣੇ ਸੁਪਨੇ ਇਸ ਕਰਕੇ ਨਹੀਂ ਪੂਰੇ ਕਰ ਪਾਉਂਦੇ ਕਿਉਂਕਿ ਉਹ ਪਿੱਛੇ ਹਟ ਜਾਂਦੇ ਆ, ਮਤਲਬ ਮਿਹਨਤ ਕਰਨੀ ਛੱਡ ਦਿੰਦੇ ਆ, ਪੇਸ਼ੈਂਸ ਰੱਖਣੀ ਛੱਡ ਦਿੰਦੇ ਆ। ਸੋ ਇਹ ਚੀਜ਼ ਕਦੀ ਨਹੀਂ ਛੱਡਣੀ ਚਾਹੀਦੀ। ਹਾਂ ਇਹ ਗੱਲ ਵੀ ਹੈ, ਜਦੋਂ ਤੁਸੀਂ ਸਭ ਕੁਛ ਪਾ ਲੈਂਦੇ ਹੋ, ਮੈਂ ਤਾਂ ਇਹ ਚੀਜ਼ ਸੋਚਦਾ ਵੀ ਇਨਸਾਨ ਕਦੀ ਕੁਛ ਨਹੀਂ ਪਾਉਂਦਾ ਹੈ ਨਾ, ਅਸੀਂ ਮਤਲਬ ਉਹ ਢੰਗ ਨਾਲ ਨਹੀਂ ਕਹਿ ਰਹੇ ਵੀ ਇਹ ਚੀਜ਼ ਕਹਿ ਰਿਹਾ ਵੀ ਕਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਸਭ ਕੁਛ ਪਾ ਲਿਆ। ਇਹ ਚੀਜ਼ ਸੋਚੋ ਕਿ ਨਹੀਂ ਮੈਂ ਹਜੇ ਸਟਾਰਟ ਕਰਨਾ, ਕਿ ਮੈਂ ਤਾਂ ਅਜੇ ਕੁਛ ਵੀ ਨਹੀਂ ਕੀਤਾ, ਕਿਉਂਕਿ ਜਦੋਂ ਉਹ ਚੀਜ਼ ਤੁਹਾਡੇ ਅੰਦਰ ਹੋਊਗੀ ਨਾ ਤੁਸੀਂ ਅੱਗੇ ਵੱਧਦੇ ਜਾਓਗੇ। ਇਹ ਚੀਜ਼ ਆ ਜਿੱਦਾਂ ਪਾਣੀ ਦਾ ਗਲਾਸ ਹੈ, ਮੈਨੂੰ ਪਿਆਸ ਲੱਗੀ ਆ, ਜੇ ਮੈਂ ਸਾਰਾ ਪਾਣੀ ਪੀ ਲਾਂਗਾ ਤਾਂ ਹੈ ਨਾ ਮੇਰੀ ਪਿਆਸ ਬੁੱਝ ਜਾਏਗੀ ਅਤੇ ਮੇਰਾ ਬਾਅਦ 'ਚ ਪਾਣੀ ਪੀਣ ਦਾ ਦਿਲ ਨਹੀਂ ਕਰੂਗਾ। ਪਾਣੀ ਸਾਡੀ ਸਿਹਤ ਲਈ ਵੈਸੇ ਬਹੁਤ ਵਧੀਆ, ਸੋ ਜੇ ਮੈਂ ਥੋੜ੍ਹਾ ਪੀਵਾਂਗਾ ਹੈ ਨਾ ਤਾਂ ਮੇਰੇ ਅੰਦਰ ਪਿਆਸ ਵੀ ਰਹੂਗੀ ਕਿ ਮੈਂ ਪਾਣੀ ਪੀਵਾਂ, ਮੈਂ ਹੋਰ ਪਾਣੀ ਪੀਵਾਂਗਾ, ਮੈਂ ਫਿਰ ਥੋੜ੍ਹਾ ਪੀਵਾਂਗਾ, ਮੈਂ ਹੋਰ ਉਸ ਤੋਂ ਅੱਗੇ ਫਿਰ ਮੈਂ ਪੀਵਾਂਗਾ ਪਾਣੀ। ਇੱਦਾਂ ਕਰਦੇ ਕਰਦੇ ਆਪਣੇ ਅੰਦਰ ਇੱਕ ਭੁੱਖ ਰੱਖਾਂਗਾ, ਆਪਣੇ ਅੰਦਰ ਇੱਕ ਉਹ ਚੀਜ਼ ਰੱਖਾਂਗਾ ਕਿ ਮੈਂ ਨਹੀਂ ਹਜੇ ਕਰਨਾ, ਹੋਰ ਕਰਨਾ, ਮਤਲਬ ਸਾਰਾ ਨਹੀਂ, ਇੱਕ ਵਾਰ ਨਹੀਂ ਕਰ ਲੈਣਾ ਸਾਰਾ, ਥੋੜ੍ਹੀ ਚੀਜ਼ ਬਚਾ ਕੇ ਰੱਖੋ, ਬਹੁਤ ਜ਼ਰੂਰੀ ਹੈ ਉਹ ਚੀਜ਼ ਬਚਾਉਣੀ। ਥੋੜ੍ਹਾ ਥੋੜ੍ਹਾ ਕਰੋ ਬਟ ਵਧੀਆ ਕਰੋ, ਕੁਆਂਟਿਟੀ 'ਚ ਨਾ ਕਰੋ, ਕੁਆਲਿਟੀ 'ਚ ਕਰੋ। ਵਧੀਆ ਕੁਆਲਿਟੀ ਨਾਲ ਕੋਈ ਵੀ ਕੰਮ ਕਰ ਰਹੇ ਹੋ ਤੁਸੀਂ, ਵਧੀਆ ਕੁਆਲਿਟੀ ਨਾਲ ਕਰੋ, ਰਿਜ਼ਲਟ ਤੁਹਾਨੂੰ ਆਪ ਮਿਲੂਗਾ। ਪਰਮਾਤਮਾ 'ਤੇ ਯਕੀਨ ਰੱਖੋ, ਖੁਦ 'ਤੇ ਯਕੀਨ ਰੱਖੋ, ਪਰਮਾਤਮਾ ਤੋਂ ਪਹਿਲਾਂ ਖੁਦ 'ਤੇ ਯਕੀਨ ਰੱਖੋ, ਕਿਉਂਕਿ ਜਦੋਂ ਤੁਹਾਨੂੰ ਖੁਦ 'ਤੇ ਵਿਸ਼ਵਾਸ ਹੋਊਗਾ ਪਰਮਾਤਮਾ ਤੁਹਾਡੇ 'ਤੇ ਵਿਸ਼ਵਾਸ ਕਰੂਗਾ, ਤੁਹਾਨੂੰ ਫਿਰ ਪਰਮਾਤਮਾ 'ਤੇ ਵੀ ਵਿਸ਼ਵਾਸ ਹੋਊਗਾ।
ਫਿਰ ਹੀ ਤੁਸੀਂ ਅੱਗੇ ਵਧੋਗੇ ਜ਼ਿੰਦਗੀ 'ਚ। ਇੱਦਾਂ ਹੀ ਕਰਦੇ 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 ਵਧੀ ਜਾਓਗੇ, ਬਹੁਤ ਕੁਛ ਹਾਸਿਲ ਕਰੋਗੇ। ਬਾਕੀ ਸਾਰੇ ਖੁਸ਼ ਰਹੋ, ਆਪਣੀ ਵਧੀਆ ਲਾਈਫ ਜੀਓ, ਵਧੀਆ ਵਧੀਆ ਕੰਮ ਕਰੋ, ਆਪਣੇ ਪੇਰੈਂਟਸ ਨੂੰ ਖੁਸ਼ ਰੱਖੋ ਤਾਂ ਉਹਨਾਂ ਨੂੰ ਕਦੇ ਦੁਖੀ ਨਾ ਕਰੋ, ਕਿਉਂਕਿ ਕਿਸੇ ਕਿਸੇ ਕੋਲ ਮਾਂ ਪਿਓ ਨਹੀਂ ਹੁੰਦੇ, ਕਿਸੇ ਕਿਸੇ ਕੋਲ ਕਿਸੇ ਨੂੰ ਨਹੀਂ ਪਿਆਰ ਮਿਲਦਾ, ਤਾਂ ਉਹ ਤਰਸਦਾ ਆ। ਅਤੇ ਜੇ ਤੁਹਾਡੇ ਕੋਲ ਹੈਗੀ ਆ, ਤੁਸੀਂ ਉਹਨਾਂ ਦਾ ਖਿਆਲ ਰੱਖੋ, ਉਹਨਾਂ ਦੀ ਗੱਲ ਮੰਨੋ, ਠੀਕ ਆ। ਬਾਕੀ ਛੋਟਾ ਭਰਾ ਸਮਝ ਕੇ ਮਾਫ਼ ਕਰ ਦਿਓ ਜੇ ਮੈਂ ਕੁਛ ਗਲਤ ਬੋਲ ਗਿਆ, ਮਾਫ਼ੀ ਚਾਹੁੰਦਾ। ਬਾਕੀ ਕੋਈ ਗੱਲ ਨਹੀਂ, ਵਧੀਆ ਚੱਲੇਗਾ ਕੰਮ। ਇਹ ਕੀ ਚੱਲ ਗਿਆ ਸੱਜਣਾ, ਕੀ ਕਰੀ ਇਹਨਾਂ ਨੂੰ? ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰ ਦਈਏ ਫਿਰ। ਦਿਲ ਨਹੀਂ ਕਰਦਾ ਪਿਆ ਗੱਲਾਂ ਬਾਤਾਂ ਖਤਮ ਕਰਨ ਦਾ ਸਿਲਸਿਲਾ। ਓਏ ਹੋਏ 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 ਸੱਜਣਾ, ਬਾਕੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦੇਣਾ ਚਾਹੁੰਦਾ ਵਾਂ ਕਿ ਮੇਰਾ ਫਸਟ ਸੌਂਗ ਜਿਹਦਾ ਨਾਮ ਹੈ ਵਨ ਮੈਨ ਆਰਮੀ, ਯੂਟਿਊਬ 'ਤੇ ਪੈ ਚੁੱਕਿਆ ਅੱਜ ਤੋਂ 10 ਕੁ ਦਿਨ ਪਹਿਲਾਂ। ਸੋ ਤੁਸੀਂ ਜਾ ਕੇ ਉਹਨੂੰ ਸੁਣੋ, ਆਪਣੇ ਵਧੀਆ ਵਧੀਆ ਕਮੈਂਟਸ ਦਿਓ, ਲਾਈਕ ਕਰੋ, ਸ਼ੇਅਰ ਕਰੋ, ਪਿਆਰ ਦਿਓ ਆਪਣਾ। ਜੇ ਉਹਦੇ ਵਿੱਚ ਕੋਈ ਕਮੀ ਹੈ ਤੁਸੀਂ ਉਹ ਵੀ ਦੱਸੋ, ਅਤੇ ਅੱਗੇ ਆਉਣ ਵਾਲੇ ਸੌਂਗ ਮੇਰੇ ਉੱਤੇ ਆਉਣਗੇ। ਸੋ ਮਿਊਜ਼ਿਕ ਦੇ ਓਫਿਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਤੁਸੀਂ ਮੇਰੇ ਆਉਣ ਵਾਲੇ ਸੌਂਗ ਸੁਣ ਸਕੋ। ਬਹੁਤ ਬਹੁਤ ਧੰਨਵਾਦ ਤੁਹਾਡਾ ਹੋਵੇਗਾ ਜੇ ਤੁਸੀਂ ਪਿਆਰ ਦਿਓਗੇ ਤਾਂ, ਅਤੇ ਨਹੀਂ ਤਾਂ ਵੀ ਤੁਹਾਡਾ ਧੰਨਵਾਦ ਹੋਵੇਗਾ। ਜਿੱਥੇ ਜਾ ਕੇ ਦੁਨੀਆ ਦੀ ਪਹੁੰਚ ਮੁੱਕਦੀ ਆ ਤਾਜ, ਉੱਥੋਂ ਸ਼ੁਰੂ ਕਰੇ ਸੋਚ ਆਪਣੀ, ਜਿੱਦਾਂ ਦਾ ਮੈਂ ਗਾਣਿਆਂ 'ਚ ਉੱਦਾਂ ਮੂਹਰੇ ਮਿਲੂੰ ਆ ਕੇ ਫੁਕਰੀ 'ਚ ਮਾਰੀ ਕਦੇ ਗੱਪ ਨਹੀਂ।
ਓ ਮੈਂ ਕਲਾਵਨ ਮੈਨ ਆਰਮੀ ਓਏ ਕਲਾਵਨ ਮੈਨ ਆਰਮੀ ਅੱਗੇ ਵੈਰੀ ਚਾਹੇ ਲੱਖ ਹੋ ਜਾਵੇ ਵੈਰੀ ਚਾਹੇ ਲੱਖ ਹੋ ਜਾਵੇ ਉਂਜ ਖੜਦੇ ਨੀ ਬਿਨਾਂ ਕਿਸੇ ਗੱਲ ਤੋਂ ਜਿੱਥੇ ਖੜਦੇ ਆ ਇਕੱਠ ਹੋ ਜਾਵੇ ਉਂਜ ਖੜਦੇ ਨੀ ਬਿਨਾਂ ਕਿਸੇ ਗੱਲ ਤੋਂ ਜਿੱਥੇ ਖੜਦੇ ਆ ਇਕੱਠ ਹੋ ਜਾਵੇ ਹਾਏ ਸੋ ਇਹ ਸੀਗਾ ਮੇਰਾ ਗਾਣਾ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਕਿ ਇਸ ਆਫ ਮਿਊਜ਼ਿਕ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ ਜਾ ਕੇ ਤੁਸੀਂ ਗਾਣੇ ਨੂੰ ਸੁਣੋ ਬੈੱਲ ਆਈਕਨ ਦਬਾਓ ਪ੍ਰੈਸ ਕਰੋ ਅਤੇ ਸੌਂਗ ਸੁਣੋ ਵਧੀਆ ਵਧੀਆ ਕਮੈਂਟ ਕਰੋ ਪਿਆਰ ਦਿਓ ਜਿੰਨੀ ਤੇਰੀ ਆਪ ਪਛਾਣ ਓਨੀ ਮੈਂ ਵਿਗਾੜੀ ਬੈਠਾਂ ਪੁੱਛ ਕਿੱਥੇ ਕਿੱਥੇ ਰੌਲੇ ਚੱਲਦੇ ਉਹੀ ਬੰਦੇ ਪਿੱਠ ਪਿੱਛੇ ਝੂਠ ਕਹਿਣ ਤੈਨੂੰ ਜਿਹੜੇ ਬਣਦੇ ਨੇ ਬਹੁਤੇ ਤੇਰੇ ਵੱਲ ਦੇ ਆਓ ਫਿਰ ਇੱਕ ਅੱਧਾ ਗੱਡੀ ਝਾੜਦਾ ਇੱਕ ਅੱਧਾ ਗੱਡੀ ਝਾੜਦਾ ਜੇ ਕਿਤੇ ਘੋੜੇ ਉੱਤੇ ਹੱਥ ਹੋ ਜਾਵੇ ਉਂਝ ਖੜਦੇ ਨੀ ਬਿਨਾਂ ਕਿਸੇ ਗੱਲ ਤੋਂ ਜਿੱਥੇ ਖੜਦੇ ਆ ਇਕੱਠ ਹੋ ਜਾਵੇ ਉਂਝ ਖੜਦੇ ਨੀ ਬਿਨਾਂ ਕਿਸੇ ਗੱਲ ਤੋਂ ਜਿੱਥੇ ਖੜਦੇ ਆ ਇਕੱਠ ਹੋ ਜਾਵੇ ਹਾਏ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਸੁਣਨ ਲਈ ਪਿਆਰ ਦੇਣ ਲਈ ਅਗਲੇ ਜਿਨ੍ਹਾਂ ਜਿਨ੍ਹਾਂ ਨੇ ਇਹ ਗਾਣਾ ਸੁਣਿਆ ਵਾ ਸ਼ੇਅਰ ਕੀਤਾ ਆ ਵਨ ਮੈਨ ਆਰਮੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਆ ਅਤੇ ਰਹੇਗਾ ਵੀ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਜ਼ਰੂਰ ਜਾ ਕੇ ਸੁਣੋ ਇਸ ਆਫ ਮਿਊਜ਼ਿਕ ਦੇ ਓਫਿਸ਼ੀਅਲ ਚੈਨਲ 'ਤੇ ਅੱਗੇ ਆਉਣ ਵਾਲੇ ਗਾਣੇ ਵੀ ਉੱਤੇ ਆਉਣਗੇ ਇੱਦਾਂ ਹੀ ਕੰਮ ਚੱਲੇਗਾ ਚੱਲੇਗਾ ਬਈਆ ਜੀ ਚੱਲੇਗਾ ਦੌੜੇਗਾ ਗਲੇ ਲਗਾਉਣਾ ਸੰਦੇਸ਼ ਵਧੀਆ ਵਧੀਆ ਗੱਲਬਾਤ ਯੇ ਕਿਆ ਹੈ ਇੰਸਟਾਗ੍ਰਾਮ ਨੋ ਬਾਕੀ ਚਲੋ ਠੀਕ ਹੈ ਜੀ ਆਪਣਾ ਗੱਲਾਂ ਬਾਤਾਂ ਦਾ ਸਿਲਸਿਲਾ ਇੱਥੇ ਹੀ ਕਰਦੇ ਹਾਂ ਖਤਮ ਅਤੇ ਮਿਲਦੇ ਹਾਂ ਅਗਲੇ ਗਾਣੇ 'ਚ ਵਧੀਆ ਵਧੀਆ ਗਾਣੇ ਲੈ ਕੇ ਆ ਰਹੇ ਹਾਂ ਤੁਸੀਂ ਇੱਦਾਂ ਹੀ ਪਿਆਰ ਦਿਓ ਸਪੋਰਟ ਕਰਿਓ ਹਮੇਸ਼ਾ ਕਰਦੇ ਰਿਹੋ ਮੈਂ ਤੁਹਾਨੂੰ ਹਰ ਵਕਤ ਧੰਨਵਾਦ ਕਹਿੰਦਾ ਹਾਂ ਅਤੇ ਕਹਿੰਦਾ ਰਹੂੰਗਾ ਕਿਉਂਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ ਗਾਣੇ ਸੁਣਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਚੰਗਾ ਜੀ ਮੈਨੂੰ ਦਿਓ ਇਜਾਜ਼ਤ ਮੈਂ ਚੱਲਿਆ ਹੁਣ ਅਤੇ ਤੁਸੀਂ ਵੀ ਜਾਓ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ